ਸਤਿ ਸ਼੍ਰੀ ਅਕਾਲ, ਸਵਾਗਤ ਸਭ ਸਤਿਕਾਰਤ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀ ਵੀ 'ਤੇ ਰੇਡੀਓ ਪ੍ਰੋਗਰਾਮ ਦੇ ਨਾਲ, ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲੇ। ਮੈਂ ਪਰਮਿੰਦਰ ਸਿੰਘ ਟਿਵਾਣਾ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਸਰ ਰਣਜੀਤ ਸਿੰਘ ਕੁੱਕੀ ਗਿੱਲ ਜੀ। ਗਿੱਲ ਸਾਹਿਬ, ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਮਿੰਦਰ, ਥੈਂਕ ਯੂ ਸੋ ਮਚ। ਮਿਹਰਬਾਨੀ ਗਿੱਲ ਸਾਹਿਬ। ਗਿੱਲ ਸਾਹਿਬ, ਪੰਜਾਬ ਤੋਂ ਲੈ ਕੇ ਭਾਰਤ ਵਿਸ਼ਵ ਪੱਧਰ 'ਤੇ ਜਿਹੜੀ ਸਥਿਤੀ ਹੈ, ਜਿਸ ਤਰੀਕੇ ਨਾਲ ਜਿਹੜੀ ਵਾਇਲੈਂਸ ਹੈ ਮਨੁੱਖੀ ਸੁਭਾਅ ਦੇ ਵਿੱਚ, ਖੁਸ਼ੀਆਂ ਘੱਟ ਗਈਆਂ ਨੇ, ਇਕਲਾਪਾ ਰੰਜ ਰੰਜਿਸ਼ ਵੱਧ ਗਈ ਹੈ, ਵਾਇਲੈਂਸ ਜਿਹੜੀ ਹੈ, ਤੁਸੀਂ ਅੱਜ ਦੀਆਂ ਖਬਰਾਂ ਵੇਖੋ, ਰੂਸ ਯੂਕਰੇਨ ਦੇ ਵਿੱਚ ਆਪਸ ਦੇ ਵਿੱਚ ਕੀ ਕੁਛ ਹੋ ਰਿਹਾ, ਟਵਿਨ ਟਾਵਰ ਦੀ ਤਰ੍ਹਾਂ ਦਾ ਇੱਕ ਡਰੋਨ ਅਟੈਕ ਰਸ਼ੀਆ 'ਤੇ ਹੋਇਆ, ਜਿਸ ਦੌਰਾਨ ਫਿਰ ਉਸਦੇ ਬਦਲੇ ਦੇ ਵਿੱਚ ਰਸ਼ੀਆ ਨੇ ਵੀ ਮਿਜ਼ਾਇਲ ਹਮਲੇ ਕੀਤੇ ਨੇ। ਗੁਆਂਢੀ ਮੁਲਕ ਬਲੋਚਿਸਤਾਨ ਦੇ ਵਿੱਚ ਵੱਖਰੇ ਬਲੋਚਿਸਤਾਨ ਦੀ ਮੰਗ ਨੂੰ ਲੈ ਕੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ 23 ਦੇ ਕਰੀਬ ਵਿਅਕਤੀਆਂ ਨੂੰ ਆਈਡੀ ਚੈੱਕ ਕਰਨ ਦੇ ਬਹਾਨੇ ਗੋਲੀਆਂ ਮਾਰ ਦਿੱਤੀਆਂ ਨੇ, ਇੱਧਰੋਂ ਬੰਗਲਾਦੇਸ਼ 'ਚ, ਇੱਧਰੋਂ ਭਾਰਤ ਦੇ ਵਿੱਚ। ਪੰਜਾਬ ਦੇ ਵਿੱਚ ਤੁਸੀਂ ਵਾਇਲੈਂਸ ਵੇਖੋ ਕਿ ਸਨੌਬਤ ਵੱਲ ਜਾ ਰਹੀ ਹੈ, ਸਿਆਸੀ ਹਾਲਾਤ ਕੀ ਨੇ, ਸਾਰੇ ਮਸਲਿਆਂ 'ਤੇ ਗੱਲਬਾਤ ਕਰਾਂਗੇ। ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਕਿ ਜਿਸ ਤਰ੍ਹਾਂ ਰਸ਼ੀਆ ਅਤੇ ਯੂਕਰੇਨ 'ਚ ਜੋ ਕੁਛ ਚੱਲ ਰਿਹਾ, ਆਪਣੇ ਪ੍ਰਧਾਨ ਮੰਤਰੀ ਸਾਹਿਬ ਫੇਰੀ ਪਾ ਕੇ ਆਏ ਨੇ, ਉਸ ਤੋਂ ਬਾਅਦ ਜ਼ੇਲੈਂਸਕੀ ਦੇ ਕੁਝ ਬਿਆਨ ਕਿੰਤੂ ਕਰਦੇ ਨੇ ਭਾਰਤ ਰਸ਼ੀਆ ਸੰਬੰਧਾਂ ਦੇ। ਜੀ ਗਿੱਲ ਸਾਹਿਬ, ਜਿਹੜਾ ਹੁਣ ਹੋ ਕੇ ਹਟਿਆ ਨਾ ਪ੍ਰੈਜ਼ੀਡੈਂਟ ਫੂਲ, ਜਿਹੜਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕਰਕੇ ਆਏ ਯੂਕਰੇਨ ਤੇ ਪੋਲੈਂਡ ਦਾ, ਉਹਦੇ ਚ ਮੋਸਟ ਮਤਲਬ ਕਿ ਜ਼ਿਆਦਾ ਪ੍ਰੋਮੀਨੈਂਸ ਯੂਕਰੇਨ ਵਿਜ਼ਿਟ ਦੀ ਹੈਗੀ ਹੈ, ਕਿਉਂਕਿ ਯੂਕਰੇਨ ਲਾਸਟ 2 ਈਅਰਸ ਤੋਂ ਉਹਨਾਂ ਦੀ ਵਾਰ ਚੱਲ ਰਹੀ ਹੈਗੀ ਰਸ਼ੀਆ ਦੇ ਨਾਲ। ਕੁਛ ਹਫ਼ਤੇ ਪਹਿਲੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਰਸ਼ੀਆ ਵੀ ਜਾ ਕੇ ਆਏ ਹੈਗੇ ਤੇ ਉਹਨਾਂ ਨੂੰ ਬੜਾ ਵਾਰਮ ਵੈਲਕਮ ਮਿਲਿਆ ਸੀਗਾ। ਇਸੇ ਤਰ੍ਹਾਂ ਜਿਹੜਾ ਯੂਕਰੇਨ ਦੇ ਪ੍ਰੈਜ਼ੀਡੈਂਟ ਹੈਗੇ ਵੋਲਡੀਮੀਰ ਜ਼ੇਲੈਂਸਕੀ, ਉਹਨਾਂ ਨੇ ਵੀ ਕਾਫੀ ਮਤਲਬ ਕਿ ਚੰਗਾ ਇਹਨਾਂ ਨੂੰ ਵੈਲਕਮ ਕੀਤਾ ਹੈਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ, ਤੇ ਉਹਨੇ ਆਪਣੇ ਵੱਲੋਂ ਇਹ ਵੀ ਕਿਹਾ ਕਿ ਤੁਸੀਂ ਐਜ ਏ ਪੀਸ ਨੈਗੋਸ਼ੀਏਟਰ ਕੰਮ ਕਰੋ ਜਾਂ ਇੱਕ ਤਰਫਾ ਹੋ ਕੇ ਭਾਵੇਂ ਨਾ ਚੱਲੋ, ਪਰ ਤੁਸੀਂ ਰਸ਼ੀਆ ਨੂੰ ਮਜਬੂਰ ਕਰ ਸਕਦੇ ਹੋ ਕਿਉਂਕਿ ਤੁਹਾਡੇ ਪਿੰਡ ਵੱਲੋਂ ਲਿਆ ਜਾਂਦਾ ਤੇਲ ਐਡੀ ਵੱਡੀ ਮਾਤਰਾ ਦੇ ਵਿੱਚ ਉਹਨਾਂ ਦੀ ਫਿਊਲ ਕਰ ਰਿਹਾ ਹੈਗਾ ਵਾਰ ਇਕੋਨਮੀ ਨੂੰ, ਕਿਉਂਕਿ ਇੰਡੀਆ ਬਿਲੀਅਨਸ ਆਫ ਡਾਲਰ ਦਾ ਤੇਲ ਇੰਪੋਰਟ ਕਰ ਰਿਹਾ ਹੈਗਾ ਰਸ਼ੀਆ ਤੋਂ, ਇਹਨਾਂ ਨੂੰ ਖੁੱਲ ਦਿੱਤੀ ਹੋਈ ਹੈ ਵੈਸਟ ਨੇ, ਨਹੀਂ ਤਾਂ ਟੋਟਲ ਸੈਂਕਸ਼ਨ ਨੇ ਅਗੇਂਸਟ ਰਸ਼ੀਆ। ਉਸ ਕਰਕੇ ਫਿਰ ਇਹ ਉੱਥੋਂ ਸਸਤਾ ਤੇਲ ਲੈ ਕੇ ਅੱਗੇ ਸਗੋਂ ਤੇਲ ਵੇਚਦੇ ਨੇ ਇੰਡੀਆ ਵਾਲੇ, ਕਹਿੰਦੇ ਕਾਫੀ ਇਹਦੇ ਚ ਮੁਨਾਫਾ ਕਮਾਇਆ ਹੈਗਾ ਇਸ ਡੀਲ ਦੇ ਵਿੱਚ। ਇਹਨਾਂ ਦਾ ਇਨਫਲੂਐਂਸ ਤਾਂ ਨੋ ਡਾਊਟ ਇੰਡੀਆ ਦਾ ਹੈਗਾ, ਪਰ ਵੈਸਟ ਦੀ ਇਹ ਟੇਕ ਹੈਗੀ ਕਿ ਇੰਡੀਆ ਜਿਹੜਾ ਹੈਗਾ ਉਹ ਵੈਸਟਰਨ ਸਾਈਡਸ ਨਾਲ ਮਤਲਬ ਕਿ ਰਲੇ, ਤੇ ਰਲ ਕੇ ਜਿੰਨੀਆਂ ਵੀ ਹੈਗੀਆਂ ਨੇ ਰਸ਼ੀਆ ਦੇ ਖਿਲਾਫ ਸਟੇਟਮੈਂਟਸ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਾਂ ਕਿਵੇਂ ਹੈਗਾ ਉਹਦੀ ਸਪੋਰਟ ਕਰੇ, ਕਿਉਂਕਿ ਹੁਣ ਤੱਕ ਇੰਡੀਆ ਜਾਂ ਤਾਂ ਐਬਸਟੇਨ ਕਰਦਾ ਰਿਹਾ ਹੈਗਾ, ਜਦੋਂ ਕਿਸੇ ਵੀ ਪੀਸ ਜਿਹੜਾ ਹੈਗਾ ਕੋਈ ਆਇਆ ਹੈਗਾ ਰੈਜ਼ੋਲੂਸ਼ਨ ਫਰੋਮ ਯੂਨਾਈਟਿਡ ਨੇਸ਼ਨਸ ਜੀ, ਉਹਦੇ ਤੋਂ ਮਤਲਬ ਕਿ ਇਹ ਟਲਦੇ ਰਹੇ ਹੈਗੇ। ਹੁਣ ਇਹ ਆਪਣੇ ਵੱਲੋਂ ਪ੍ਰਾਈਮ ਮਿਨਿਸਟਰ ਉਹਨਾਂ ਨੇ ਤਾਂ ਪੋਜ਼ਿਟਿਵ ਹੀ ਆਪਣੀ ਡਿਵੈਲਪਮੈਂਟ ਦੱਸਿਆ ਹੈਗਾ, ਪਰ ਜੋ ਬਾਅਦ 'ਚ ਸਟੇਟਮੈਂਟ ਆਈ ਹੈ ਵੋਲਡੀਮੀਰ ਜ਼ੇਲੈਂਸਕੀ ਦੀ, ਉਹਨੇ ਵੀ ਬਹੁਤ ਹੀ ਖੁਸ਼ੀ ਨਹੀਂ ਜਿਤਾਈ ਇਸ ਟ੍ਰਿਪ ਤੇ, ਕਿਉਂਕਿ ਕੋਈ ਕਲੈਰੀਫਿਕੇਸ਼ਨ ਜੋ ਉਹ ਭਾਲਦਾ ਸੀਗਾ ਉਹ ਇੰਡੀਆ ਦੇ ਕੇ ਨਹੀਂ ਆਇਆ, ਕਿਉਂਕਿ ਇੰਡੀਆ ਦੀ ਬਹੁਤ ਵੱਡੀ ਰਿਲਾਇੰਸ ਹੈਗੀ ਆ ਰਸ਼ੀਆ ਤੇ, ਇਹਨਾਂ ਦੀਆਂ ਆਰਮਸ ਡੀਲਸ ਹੈਗੀਆਂ ਨੇ, ਹੋਰ ਇਕਵਿਪਮੈਂਟ ਵਗੈਰਾ ਜਿਹੜਾ ਹੈਗਾ ਇਹਨਾਂ ਦੇ ਰਸ਼ੀਅਨ ਟੈਕਨੋਲੋਜੀ ਵਰਤਦੇ ਨੇ। ਨੋ ਡਾਊਟ ਕਿ ਹੁਣ ਇਸ ਪ੍ਰੈਜ਼ੈਂਟਲੀ ਜਿਹੜੇ ਇੰਡੀਆ ਦੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ, ਉਹ USA ਦੇ ਟੂਰ ਤੇ ਹੈਗੇ ਆ, ਜਿੱਥੇ ਕਿ ਕਈ ਡਿਫੈਂਸ ਡੀਲਸ ਦੇ ਐਗਰੀਮੈਂਟ ਹੋਣੇ ਹੈਗੇ ਆ,
ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੂੰ ਵੀ ਮਿਲੇ ਆ ਟੂ ਯੂਐਸ ਪ੍ਰੈਜ਼ੀਡੈਂਟ, ਤੇ ਉਹਨਾਂ ਦਾ ਵੀ ਕਾਫੀ ਵਿਜ਼ਿਟ ਜਿਹੜਾ ਹੈਗਾ ਚਰਚਾ ਦਾ ਵਿਸ਼ਾ ਹੈਗਾ, ਜਿਹੜਾ ਜਿਹਨਾਂ ਦਾ ਪ੍ਰਾਈਮ ਮਿਨਿਸਟਰ ਦਾ ਯੂਕਰੇਨ ਵਿਜ਼ਿਟ ਹੈਗਾ ਬਹੁਤ ਸਿਗਨੀਫੀਕੈਂਟ ਵਿਜ਼ਿਟ ਹੈਗਾ, ਪਰ ਜਿਸ ਤਰ੍ਹਾਂ ਦੀ ਵਾਰ ਚੱਲ ਰਹੀ ਹੋਗੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ, ਉਸ ਵਾਰ 'ਤੇ ਇਹ ਵੀ ਹੁਣ ਡਰ ਮੰਡਰਾ ਰਿਹਾ ਹੈਗਾ ਵੀ ਇੱਕ ਵੀ ਮਿਸਸਟੈਪ ਚੱਕਿਆ ਹੋਇਆ ਵਾਰ ਦੇ ਵਿੱਚ ਜੇ ਕਿਤੇ ਕੋਈ ਨਿਊਕਲੀਅਰ ਫੈਸਿਲਿਟੀ ਹਿੱਟ ਹੋਊਗੀ ਤਾਂ ਉਹਦੇ ਨਾਲ ਨਿਊਕਲੀਅਰ ਵਾਰ ਹੋਣ ਦਾ ਵੀ ਡਰ ਹੈਗਾ। ਬਿਲਕੁਲ ਇਸ ਬਾਰੇ ਰਸ਼ੀਅਨ ਪ੍ਰੈਜ਼ੀਡੈਂਟ ਪਹਿਲੇ ਵੀ ਜੀ ਆਪਣਾ ਖਾਲਸਾ ਜ਼ਾਹਰ ਕਰ ਚੁੱਕੇ ਹੈਗੇ ਆ, ਹੁਣ ਵੀ ਉਹਨਾਂ ਨੇ ਦੁਬਾਰਾ ਕੀਤਾ ਵੀ ਜਿਹੜਾ ਪ੍ਰੈਜ਼ੈਂਟ ਅਟੈਕ ਕੀਤਾ ਯੂਕਰੇਨ ਨੇ ਉਹਨੇ ਸਾਡੀਆਂ ਨਿਊਕਲੀਅਰ ਸਾਈਟਸ ਨੂੰ ਟਾਰਗੇਟ ਕਰਨਾ ਚਾਹਿਆ ਹੈਗਾ, ਤੇ ਜਿਸ ਤਰ੍ਹਾਂ ਇਹਨਾਂ ਨੇ 9/11 ਵਾਂਗੂ ਅਟੈਕ ਕੀਤਾ ਹੈਗਾ ਡਰੋਨਸ ਦੇ ਰਾਹੀਂ, ਉਹ ਵੀ ਬਹੁਤ ਮਤਲਬ ਕਿ ਡੇਂਜਰਸ ਹੈਗਾ ਕਿਉਂਕਿ ਉਹਦੇ ਨਾਲ ਸਿਵਲੀਅਨ ਕੈਜ਼ੁਅਲਟੀਜ਼ ਬਹੁਤ ਹੈਵੀ ਕੈਜ਼ੁਅਲਟੀਜ਼ ਹੋ ਰਹੀਆਂ ਹੈਗੀਆਂ, ਇਸ ਕਰਕੇ ਵਾਰ ਜਿਹੜੀ ਹੈਗੀ ਆ ਹੁਣ ਸਿਟੀਜ਼ ਦੇ ਵਿੱਚ ਚਲੀ ਗਈ ਹੈਗੀ ਆ। ਰਸ਼ੀਆ ਵੀ ਆਪਣੇ ਵੱਲੋਂ ਇਨਵੇਡ ਕਰ ਰਿਹਾ ਹੈਗਾ ਯੂਕਰੇਨ ਦੇ ਸਿਟੀਜ਼ ਨੂੰ, ਯੂਕਰੇਨ ਵੀ ਇੱਕ ਫਰੰਟ ਤੋਂ ਅੱਗੇ ਵੱਧ ਰਿਹਾ ਹੈਗਾ ਕਿਉਂਕਿ ਇਹਨਾਂ ਨੂੰ ਹੁਣ ਨਵਾਂ ਕਾਫੀ ਵਾਰ ਇਕੁਇਪਮੈਂਟ ਜਿਹੜਾ ਹੈਗਾ ਉਹ ਵੈਸਟਰਨ ਨੇ ਸਫਿਸਟੀਕੇਟਡ ਵੈਪਨਸ ਦਿੱਤੇ ਹੈਗੇ ਆ, ਜਿਸ ਤਰ੍ਹਾਂ ਕਿ ਡਰੋਨਸ ਵਗੈਰਾ ਉਹਨਾਂ ਦੀ ਬਹੁਤ ਰੇਂਜ ਵਧਾਈ ਹੈਗੀ ਆ, ਇਸੇ ਤਰ੍ਹਾਂ ਹੋਰ ਵੀ ਜਿਹੜਾ ਮਤਲਬ ਕਿ F-16 ਵਗੈਰਾ ਪਲੇਨਸ ਵਗੈਰਾ ਦਿੱਤੇ ਆ, ਤੇ ਅੱਜ ਯੂਕਰੇਨ ਨੇ ਪਲੇਨਸ ਦੇ ਰਾਹੀਂ ਵੀ ਬੰਬਾਰਡਮੈਂਟ ਕੀਤੀ ਆ ਰਸ਼ੀਆ 'ਚ ਜਾ ਕੇ। ਜਿਹੜਾ 38 ਮੰਜ਼ਿਲਾ ਇਮਾਰਤ 'ਤੇ ਬਾਏ ਡਰੋਨ ਨੇ ਅਟੈਕ ਹੋਇਆ, ਉੱਧਰ 12 ਰਸ਼ੀਅਨ ਸ਼ਹਿਰਾਂ 'ਤੇ ਰਸ਼ੀਆ ਨੇ, ਜਿਹੜੇ ਯੂਕਰੇਨ ਦੇ 12 ਸਿਟੀਜ਼ ਨੇ ਉਹਨਾਂ 'ਤੇ ਅਟੈਕ ਕੀਤਾ, ਅਤੇ ਜਿਸ ਦੇ ਨਾਲ ਇੱਧਰ ਸਿਟੀਜ਼ ਦੇ ਵਿੱਚ ਲੜਾਈ ਵੱਧ ਰਹੀ ਹੈਗੀ ਆ, ਜਿਹਦੇ ਨਾਲ ਕਿ ਸਿਵਲੀਅਨ ਕੈਜ਼ੁਅਲਟੀ ਦਾ ਬਹੁਤ ਵੱਡਾ ਖਤਰਾ ਹੈਗਾ ਜੀ। ਗੁਆਂਢੀ ਮੁਲਕ ਪਾਕਿਸਤਾਨ 'ਚ ਵੀ ਤੁਸੀਂ ਵੇਖੋ ਕਿ ਇੱਕੋ ਜਾਤ ਮਜ਼ਹਬ ਹੈ, ਸਿਰਫ ਧੜਿਆਂ 'ਚ ਸ਼ੀਆ ਸੁੰਨੀ ਜਾਂ ਵੱਖਰੇ ਜਿਹੜਾ ਬਲੋਚ ਰਾਸ਼ਟਰ ਦੀ ਮੰਗ ਨੂੰ ਲੈ ਕੇ ਜੋ ਐਜੀਟੇਸ਼ਨ ਬੜਾ ਪੁਰਾਣਾ ਚੱਲ ਰਿਹਾ, ਉਸ ਦੌਰਾਨ 23 ਦੇ ਕਰੀਬ ਜਿਹੜੇ ਨੇ ਪਾਕਿਸਤਾਨੀ ਨਾਗਰਿਕ ਨੇ ਉਹਨਾਂ ਦਾ ਕਤਲ ਹੋਇਆ, ਪੰਜਾਬ ਦੇ ਮਜ਼ਦੂਰ ਸੀਗੇ, ID ਚੈੱਕ ਕਰਨ ਦੇ ਬਹਾਨੇ 23 ਨਾਗਰਿਕਾਂ ਨੂੰ ਕਤਲ ਕੀਤਾ ਗਿਆ ਬਲੋਚ ਮੂਵਮੈਂਟ ਵੱਲੋਂ, 3 ਘਟਨਾਵਾਂ 'ਚ 39 ਲੋਕਾਂ ਦੀ ਮੌਤ ਹੋਈ ਹੈ, ਅਤੇ ਇਸ ਦੌਰਾਨ ਯੋਗੀ ਆਦਿੱਤਿਆਨਾਥ CM UP ਦਾ ਬਿਆਨ ਆਇਆ ਕਿ ਵਟੇਂਗੇ ਤੋ ਕਟੇਂਗੇ, ਯਾਨੀ ਰਾਸ਼ਟਰ ਨੂੰ ਇਕੱਠੇ ਰਹਿਣਾ ਚਾਹੀਦਾ, ਪਰ ਇਸ ਦੌਰਾਨ ਦੂਸਰੇ ਦਿਨ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਹੇਟ ਸਪੀਚ BJP ਨੇਤਾਵਾਂ ਵੱਲੋਂ ਆਉਂਦੀਆਂ ਨੇ, ਅਤੇ ਵੰਡ ਤਾਂ ਆਪ ਹੀ ਪਾ ਰਹੀ ਹੈ BJP। ਪਰ ਹੁਣ ਇਹਨਾਂ ਦੀ ਵੰਡ ਦਾ ਅਗਰ ਜ਼ਿਕਰ ਕਰੀ ਕਿ ਜਿਹੜਾ ਜੰਮੂ ਅਤੇ ਕਸ਼ਮੀਰ, ਜਿਸ ਦੇ ਵਿੱਚੋਂ ਲੱਦਾਖ ਇੱਕ ਵੱਖਰਾ ਹਿੱਸਾ ਬਣਾ ਦਿੱਤਾ, 6-7 ਨਵੇਂ ਜ਼ਿਲ੍ਹੇ ਲੱਦਾਖ ਦੇ ਬਣਾ ਦਿੱਤੇ ਨੇ, ਹਾਲਾਂਕਿ ਮਿਸਟਰ ਵੈਂਜੋਖੋਰੀ ਵੀ ਮੂਵਮੈਂਟ ਸ਼ੁਰੂ ਕਰ ਰਹੇ ਨੇ ਵਾਤਾਵਰਨ ਜਾਂ ਹੋਰ ਲੱਦਾਖ ਦੀ ਅਣਦੇਖੀ ਨੂੰ ਲੈ ਕੇ, ਪਰ ਜੰਮੂ ਅਤੇ ਕਸ਼ਮੀਰ ਦੇ ਇਲੈਕਸ਼ਨਸ ਨੇ ਅੱਜ 2-3 ਲਿਸਟਾਂ ਜਾਰੀ ਕੀਤੀਆਂ, ਫਿਰ ਵਾਪਸ ਲੈ ਲਈਆਂ ਗਈਆਂ। ਸੋ BJP ਦਾ ਇਹ ਜਿਹੜਾ ਇਹਨਾਂ ਸਟੇਟਸ ਦੇ ਵਿੱਚ ਚੋਣਾਂ ਹੋਣੀਆਂ ਨੇ, ਹਰਿਆਣੇ 'ਚ ਵੀ ਇਲੈਕਸ਼ਨ ਦੀ ਤਰੀਕ ਲੇਟ ਕਰਨ ਦੀ ਗੱਲ ਕਰ ਰਹੀ ਹੈ BJP ਹਰਿਆਣਾ, ਅਤੇ ਪੰਜਾਬ ਦੇ ਵਿੱਚ ਵੀ ਕੁਛ ਜ਼ਿਮਨੀ ਚੋਣਾਂ ਨੇ, ਅਜੇ ਭਾਵੇਂ ਤਰੀਕ ਐਲਾਨੀ ਨਹੀਂ ਗਈ। ਥੋੜ੍ਹਾ ਜਿਹਾ ਇਹਨਾਂ ਜਿਹੜੇ ਸੂਬਿਆਂ 'ਚ ਚੋਣਾਂ ਹੋਣੀਆਂ ਨੇ ਉਹਨਾਂ ਦੀ ਸਥਿਤੀ ਕੀ ਹੈ, ਅਤੇ ਪੰਜਾਬ ਦੇ ਵਿੱਚ ਇਹਨਾਂ ਜ਼ਿਮਨੀ ਚੋਣਾਂ ਦਾ ਅਜੇ ਕਿਤੇ ਨੌਂ ਨਿਸ਼ਾਨ ਨਹੀਂ, ਪਰ ਬਾਗੀ ਧੜੇ ਜਿਸ ਤਰ੍ਹਾਂ ਹਰਦੀਪ ਸਿੰਘ ਦੀ ਡਿੰਪੀ ਢਿੱਲੋਂ, ਉਹ ਮੁਖਾਲਫਤ ਕਰ ਗਿਆ, ਅਕਾਲੀ ਦਲ ਤੋਂ ਅਲੱਗ ਹੋ ਗਿਆ, ਅਤੇ ਕੀ ਸਮੀਕਰਨ ਪੰਜਾਬ ਦੀ ਇਸ ਸਥਿਤੀ ਦੀ ਵੇਖਦੇ ਹੋ ਇਹਨਾਂ ਜ਼ਿਮਨੀ ਚੋਣਾਂ ਪੰਜਾਬ ਦੀਆਂ ਨੂੰ ਲੈ ਕੇ? ਪਹਿਲਾਂ ਜੰਮੂ ਕਸ਼ਮੀਰ ਜਾਂ ਦੂਸਰੇ ਸੂਬਿਆਂ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹ ਕੀ ਸਮੀਕਰਨ ਪੇਸ਼ ਕਰਦੀਆਂ ਨੇ ਜੀ ਗਿੱਲ ਸਾਹਿਬ? ਜੰਮੂ ਕਸ਼ਮੀਰ ਤੇ ਹਰਿਆਣੇ ਵਿੱਚ ਹੁਣ ਇਲੈਕਸ਼ਨਸ ਹੋਣੀਆਂ ਨੇ, ਸਟੇਟ ਇਲੈਕਸ਼ਨਸ ਜੀ।
ਤੇ ਕਿਉਂਕਿ ਜੰਮੂ ਕਸ਼ਮੀਰ ਹੁਣ ਨੋ ਲੋਂਗਰ ਸਟੇਟ ਹੈਗਾ, ਉਹ ਯੂਨੀਅਨ ਟੈਰੀਟਰੀ ਹੈਗੀ ਆ। ਸੋ ਉੱਥੇ ਇਲੈਕਸ਼ਨਸ ਦਾ ਡਿਫਰੈਂਟ ਮੀਨਿੰਗ ਹੈਗਾ, ਹਰਿਆਣੇ ਵਿੱਚ ਡਿਫਰੈਂਟ ਮੀਨਿੰਗ ਹੈਗਾ, ਕਿਉਂਕਿ ਹਰਿਆਣੇ ਤਾਂ ਪ੍ਰੋਪਰ ਅਸੈਂਬਲੀ ਦੀਆਂ ਇਲੈਕਸ਼ਨਸ ਹੋਣੀਆਂ ਹੈਗੀਆਂ, ਉੱਥੇ ਉੱਥੇ ਯੂਨੀਅਨ ਟੈਰੀਟਰੀ ਦੀਆਂ ਇਲੈਕਸ਼ਨਸ ਹੋਣੀਆਂ ਹੈਗੀਆਂ। ਲੱਦਾਖ ਵਿੱਚ ਇਹਨਾਂ ਨੇ ਇਲੈਕਸ਼ਨਸ ਅਨਾਊਂਸ ਹੀ ਨਹੀਂ ਕੀਤੀਆਂ ਹੋਈਆਂ, ਕਿਉਂਕਿ ਉਹ ਵੀ ਇੱਕ ਸੈਪਰੇਟ ਯੂਨੀਅਨ ਟੈਰੀਟਰੀ ਹੈਗੀ ਆ। ਅਤੇ ਉਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ, ਨਵੇਂ ਇਹਨਾਂ ਨੇ 6 ਜ਼ਿਲ੍ਹੇ ਬਣਾਏ ਹੈਗੇ ਆ, ਉੱਥੇ ਮਤਲਬ ਕਿ ਪ੍ਰਪੋਜ਼ ਕੀਤੇ ਹੈਗੇ 6 ਜ਼ਿਲ੍ਹੇ ਨਵੇਂ ਬਣਾਉਣੇ। ਇਸੇ ਤਰ੍ਹਾਂ ਮਤਲਬ ਕਿ ਜਿਹੜੀਆਂ ਕਸ਼ਮੀਰ ਦੀਆਂ ਇਲੈਕਸ਼ਨਸ ਨੇ ਬੜੀਆਂ ਇੰਟਰਸਟਿੰਗ ਹੈਗੀਆਂ, ਕਿਉਂਕਿ ਇਸ ਵਾਰੀ ਪਹਿਲੀ ਵਾਰੀ ਜਮਾਤ ਇਸਲਾਮੀ ਉਹਨਾਂ ਨੇ ਵੀ ਆਪਣਾ ਪੋਲੀਟੀਕਲ ਫਰੰਟ ਬਣਾ ਕੇ ਇਸ ਇਲੈਕਸ਼ਨ ਵਿੱਚ ਪਾਰਟੀਸਪੇਟ ਕਰਨ ਦੀ ਇੱਛਾ ਜਤਾਈ ਹੈਗੀ ਆ। ਸੋ ਇੱਕ ਪਾਸੇ ਜਿਹੜਾ ਅਬਦੁਲ ਰਸ਼ੀਦ ਦੀ ਪਾਰਟੀ ਹੈਗੀ, ਅਵਾਮੀ ਇਤਿਹਾਦ ਪਾਰਟੀ ਜਿਹੜੀ ਹੈਗੀ ਆ, ਉਹ ਵੀ ਆਪਣੇ ਇੰਡੀਪੈਂਡੈਂਟਲੀ ਚੋਣਾਂ ਲੜ ਰਹੇ ਹੈਗੇ ਆ, ਜਿਨ੍ਹਾਂ ਨੇ ਹੁਣ ਜਿਹੜੀ ਉੱਥੋਂ ਮੈਂਬਰ ਪਾਰਲੀਮੈਂਟ ਦੀ ਸੀਟ ਵੀ ਜਿੱਤੀ ਸੀ ਅਬਦੁਲ ਰਸ਼ੀਦ ਨੇ, ਉਹਦੀ ਪਾਰਟੀ ਹੈਗੀ ਆ, ਅਤੇ ਉਹਨਾਂ ਨੇ ਵੀ ਪੂਰੀ ਤਰ੍ਹਾਂ ਪਾਰਟੀਸਪੇਟ ਕਰਨਾ ਹੈਗਾ ਇਲੈਕਸ਼ਨਸ ਦੇ ਵਿੱਚ। ਪਰ ਜੰਮੂ ਰੀਜਨ ਦੇ ਵਿੱਚ ਇਹਨਾਂ ਨੇ ਕਿਉਂਕਿ ਸੀਟਸ ਵਧਾਈਆਂ ਹੈਗੀਆਂ, ਹੁਣ ਫਿਰ 43-48 ਦੀ ਰੇਸ਼ੋ ਹੈਗੀ ਆ ਆਪਸ 'ਚ ਕਸ਼ਮੀਰ ਦੀ ਅਤੇ ਜੰਮੂ ਦੇ ਰੀਜਨ ਦੀ ਜਿਹੜੀ ਹੈਗੀ ਆ। ਜੰਮੂ ਰੀਜਨ ਵਿੱਚ ਵਾਇਲੈਂਸ ਹੈਗੀ ਆ ਹਜੇ ਵੀ, ਉਹਨਾਂ ਦਾ ਇੰਸੀਡੈਂਟ ਕੋਈ ਨਾ ਕੋਈ ਹੁੰਦਾ ਰਹਿੰਦਾ, ਜਿਹਦੇ ਕਰਕੇ ਹੁਣ ਮਈ ਤੋਂ ਲੈ ਕੇ ਹੁਣ ਤੱਕ ਅਰਾਊਂਡ 20 ਮਿਲਟਰੀ ਪਰਸਨਲ ਜਿਹੜੇ ਹੈਗੇ ਉਹ ਮਾਰੇ ਜਾ ਚੁੱਕੇ ਹੈਗੇ ਆ, ਅਤੇ ਇਹ ਕਾਫੀ ਵੱਡਾ ਨੰਬਰ ਹੈਗਾ ਕਿਸੇ ਵੀ ਆਰਮੀ ਦੇ ਲਈ। ਸੋ ਇਸ ਕਰਕੇ ਹੁਣ ਉੱਥੇ ਇਸ ਤਰ੍ਹਾਂ ਦੀ ਵਾਇਲੈਂਸ ਦੇ ਪਰਛਾਵੇਂ ਵਿੱਚ ਇਲੈਕਸ਼ਨਸ ਕਿੰਨੀਆਂ ਪੀਸਫੁੱਲ ਹੁੰਦੀਆਂ ਨੇ ਇਹ ਵੀ ਦੇਖਣ ਵਾਲੀ ਗੱਲ ਆ। ਪਰ ਜਿਹੜਾ ਨਵਾਂ ਸਮੀਕਰਨ ਆਇਆ ਹੈਗਾ ਜੰਮੂ ਕਸ਼ਮੀਰ ਦੇ ਵਿੱਚ, ਉਹ ਆਇਆ ਕਿ ਕਾਂਗਰਸ ਦਾ ਨੈਸ਼ਨਲ ਕਾਨਫਰੰਸ ਨਾਲ ਅਲਾਇੰਸ ਹੋਇਆ ਹੈਗਾ, ਜਿਹਦੇ 'ਤੇ ਜਿਹੜੀ ਅਮਿਤ ਸ਼ਾਹ ਹੈਗੇ ਯੂਨੀਅਨ ਹੋਮ ਮਿਨਿਸਟਰ, ਉਹਨਾਂ ਨੇ ਵੀ ਟੱਪਣੀ ਕੀਤੀ ਹੈਗੀ ਆ, ਅਤੇ ਉਹਨਾਂ ਨੇ ਕਿਹਾ ਵੀ ਕੀ ਕਾਂਗਰਸ ਜਿਹੜੀ ਹੈਗੀ ਹੁਣ ਐਂਟੀ ਨੈਸ਼ਨਲ ਐਕਟੀਵਿਟੀਜ਼ ਨੂੰ ਸਪੋਰਟ ਕਰ ਰਹੀ ਹੈਗੀ, ਕਿਉਂਕਿ ਉਹਨਾਂ ਨੇ ਜ਼ਿਕਰ ਕੀਤਾ ਵੀ ਜਿਹੜੀ ਨੈਸ਼ਨਲ ਕਾਨਫਰੰਸ ਹੈਗੀ ਆ ਉਹਨਾਂ ਦੀ ਡਿਮਾਂਡ ਹੈਗੀ ਆ ਕਿ ਸਾਡਾ ਜਿਹੜਾ ਫਲੈਗ ਸੀਗਾ ਕਸ਼ਮੀਰ ਦਾ ਉਹ ਰਿਸਟੋਰ ਕੀਤਾ ਜਾਵੇ, ਸਾਨੂੰ ਪੂਰੀ ਸਟੇਟਹੁੱਡ ਦਿੱਤੀ ਜਾਵੇ, ਅਤੇ ਨਾਲੇ ਸਾਡਾ 370 ਦਾ ਜਿਹੜਾ ਸਟੇਟਸ ਹੈਗਾ ਉਹ ਮੁੜ ਬਹਾਲ ਕੀਤਾ ਜਾਵੇ। ਅਤੇ ਉਹਨਾਂ ਨੇ ਅਮਿਤ ਸ਼ਾਹ ਜਿਹੜੇ ਯੂਨੀਅਨ ਹੋਮ ਮਿਨਿਸਟਰ, ਉਹਨਾਂ ਨੇ ਕਾਂਗਰਸ 'ਤੇ ਸਵਾਲ ਉਠਾਇਆ ਹੈਗਾ ਵੀ ਕੀ ਉਹ ਇਹਨਾਂ ਉਹਨਾਂ ਦੀ ਜਿਹੜੀ ਅਲਾਇੰਸ ਪਾਰਟਨਰ ਦੀਆਂ ਮੰਗਾਂ ਹੈਗੀਆਂ ਜਾਂ ਆਦੇਸ਼ ਹੈਗੇ ਆ, ਕੀ ਉਹਦੇ ਨਾਲ ਕਾਂਗਰਸ ਐਗਰੀ ਕਰਦੀ ਹੈ ਕਿ ਨਹੀਂ ਕਰਦੀ ਹੈਗੀ। ਇਸੇ ਤਰ੍ਹਾਂ ਜੇ ਹਰਿਆਣੇ ਦਾ ਆਪਾਂ ਇਲੈਕਸ਼ਨ ਸੀਨ ਲਈਏ ਤਾਂ ਉਹਦੇ ਵਿੱਚ ਕਾਂਗਰਸ ਜਿਹੜਾ ਹੈਗਾ ਉਹਦਾ ਅਪਰ ਹੈਂਡ ਲੱਗ ਰਿਹਾ, ਅਤੇ ਜਿਹੜੀ ਰੂਲਿੰਗ ਭਾਰਤੀ ਜਨਤਾ ਪਾਰਟੀ ਆ ਉਹ ਅੰਡਰ ਪ੍ਰੈਸ਼ਰ ਹੈਗੇ ਆ। ਹਜੇ ਕਿਸੇ ਵੀ ਪਾਰਟੀ ਨੇ ਆਪਣੇ ਕੈਂਡੀਡੇਟਸ ਦੀ ਅਨਾਊਂਸ ਨਹੀਂ ਕੀਤੇ ਗਏ। ਅੱਜ ਉਹਨਾਂ ਨੇ ਬੀਜੇਪੀ ਦੀ ਹਾਈ ਕਮਾਂਡ ਨੇ 2-3 ਲਿਸਟਾਂ ਜਾਰੀ ਕੀਤੀਆਂ ਸੀ, ਫਿਰ ਉਹਨਾਂ ਨੂੰ ਵਿਦਡਰਾਅ ਕਰਨੀਆਂ ਪਈਆਂ ਨੇ। ਹੁਣ ਮੇਰੇ ਖਿਆਲ ਉਹਨਾਂ ਨੇ ਲਾਸਟ ਲਿਸਟ ਅੱਜ ਇੱਕ ਮਤਲਬ ਕਿ ਪਬਲਿਸ਼ ਕਰਨੀ ਹੈਗੀ ਆ, ਉਹ ਦੇਖਦੇ ਹਾਂ ਵੀ ਉਹ ਕਸ਼ਮੀਰ ਬਾਰੇ ਹੈਗੀ ਕਿ ਹਰਿਆਣੇ ਬਾਰੇ। ਕਸ਼ਮੀਰ ਬਾਰੇ ਕੀਤੀਆਂ ਸੀ, ਉਹਦੇ 'ਚ ਕੁਛ ਡਿਲੀਟ ਕਰ ਦਿੱਤੀਆਂ ਜਿਵੇਂ ਕਨਫਿਊਜ਼ਨ ਭੰਬਲ ਭੂਸਾ ਹੁੰਦਾ ਹੈ। ਅਤੇ ਗਿੱਲ ਸਾਹਿਬ, ਜਿਸ ਤਰ੍ਹਾਂ ਹਰਿਆਣੇ 'ਚ ਇੱਕ ਮੇਰਾ ਸਵਾਲ ਲੈ ਲਿਓ, ਹਰਿਆਣੇ 'ਚ ਜਿਵੇਂ ਗੁਰਨਾਮ ਸਿੰਘ ਚੜੂਨੀ ਜਾਂ ਕਿਸਾਨ ਧਿਰਾਂ ਇਲੈਕਸ਼ਨ ਲੜਨ ਦੀ ਗੱਲ ਕਰ ਰਹੀਆਂ ਨੇ, ਅਤੇ ਮੇਰਾ ਖਿਆਲ ਆ ਇਹ ਜਿਹੜੀ ਕਿਤੇ ਨਾ ਕਿਤੇ ਕਾਂਗਰਸ ਦੀ ਜਾਂ ਬੀਜੇਪੀ ਦੇ ਵਿਰੋਧੀਆਂ ਦੀ ਵੋਟ ਹੀ ਆਪਸ 'ਚ ਵੰਡੀ ਜਾਏਗੀ, ਕਿਉਂਕਿ ਜਿੱਤਣ ਦੀ ਤਾਂ ਕੋਈ ਗੁੰਜਾਇਸ਼ ਨਹੀਂ ਹੈ ਚੜੂਨੀ ਗਰੁੱਪ ਦੀ। ਕਿਸਾਨਾਂ ਨੂੰ ਇਲੈਕਸ਼ਨ ਲੜਨਾ ਜਾਂ ਨਾ ਲੜਨਾ, ਇਹਦੇ ਬਾਰੇ ਤੁਹਾਡਾ ਕੀ ਸੋਚਣਾ? ਪਰ ਆਮ ਜਿਹੜਾ ਰਾਜਨੀਤਿਕ ਹਲਕੇ ਇਹੀ ਕਹਿੰਦੇ ਨੇ ਕਿ ਵੋਟ
ਖਰਾਬ ਹੋਏਗੀ, ਫਾਇਦਾ ਬੀਜੇਪੀ ਨੂੰ ਹੋਏਗਾ ਅਗਰ ਕਿਸਾਨ ਧਿਰਾਂ ਇਲੈਕਸ਼ਨ ਲੜਦੀਆਂ ਨੇ। ਦੂਸਰਾ, ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਐਲਾਨ ਕਰ ਦਿੱਤਾ ਅੱਜ ਆਪਣੇ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਕਿ ਉਹ 28 ਅਗਸਤ ਨੂੰ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਜੇ ਜੁਆਇਨ ਕਰਨਗੇ ਤਾਂ ਕਲੀਅਰ ਹੈ ਕਿਉਂਕਿ ਇਸ ਸ਼੍ਰੋਮਣੀ ਅਕਾਲੀ ਦਲ ਦਾ ਇਹ ਗੜ੍ਹ ਹੈ। ਅਤੇ ਇੱਥੇ ਮਨਪ੍ਰੀਤ ਬਾਦਲ ਨੂੰ ਮੁੜ ਸ਼ਾਮਲ ਕਰਾਉਣ ਦੇ ਬਾਰੇ ਅਕਾਲੀ ਦਲ ਨੇ ਅਜੇ ਤਾਂ ਨਾਂਹ ਕਰ ਦਿੱਤੀ ਹੈ ਕਿ ਅਸੀਂ ਨਹੀਂ ਵਾਪਸ ਲੈ ਰਹੇ, ਪਰ ਜਿਸ ਦੌਰਾਨ ਅਕਾਲੀ ਦਲ ਦੀ ਤਰਫੋਂ ਸੁਖਬੀਰ ਬਾਦਲ ਜਾਂ ਮਨਤਾਰ ਬਰਾੜ, ਡਾਕਟਰ ਦਲਜੀਤ ਚੀਮਾ ਸਾਰਿਆਂ ਦੀ ਤਰਫੋਂ ਜਿਹੜੇ ਹੁਣ ਤੱਕ ਦੇ ਬਿਆਨਾਤ ਨੇ ਉਹ ਬਹੁਤ ਸੌਫਟ ਰੁੱਖ ਹੈ ਡਿੰਪੀ ਢਿੱਲੋਂ ਪ੍ਰਤੀ, ਕੋਈ ਵੀ ਉਸ 'ਤੇ ਉਜ਼ਰ ਨਹੀਂ, ਇਤਰਾਜ਼ ਨਹੀਂ, ਅਫਸੋਸ ਪ੍ਰਗਟ ਕਰ ਰਹੇ ਨੇ। ਪਰ ਡਿੰਪੀ ਢਿੱਲੋਂ ਨੇ ਜਿਸ ਤਰ੍ਹਾਂ ਕਿਆਸ ਰਾਈਆਂ ਸੀ, ਅਜੇ ਜੁਆਇਨ ਨਹੀਂ ਕੀਤਾ, ਪਰ ਉਹਨਾਂ ਦੀ ਤਰਫੋਂ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਇਹ ਸਪੱਸ਼ਟ ਹੈ ਕਿ ਉਹ 28 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਗਿੱਦੜਬਾਹਾ ਸਮੀਕਰਨ, ਵੈਸੇ ਸੁਖਬੀਰ ਬਾਦਲ ਜੇ ਚੋਣ ਲੜਦੇ ਆ ਤਾਂ ਸਥਿਤੀ ਹੁਣ ਲੱਗਦਾ ਕਿ ਨਹੀਂ ਲੜਨ ਵਾਲੀ, ਜੇ ਡਿੰਪੀ ਰਹਿੰਦਾ ਤਾਂ ਸ਼ਾਇਦ ਲੜ ਲੈਂਦੇ, ਕੀ ਲੱਗਦਾ? ਨਹੀਂ, ਸੁਖਬੀਰ ਬਾਦਲ ਨਹੀਂ ਚੋਣ ਲੜੂਗਾ, ਐਡਾ ਵੱਡਾ ਰਿਸਕ ਨਹੀਂ ਲੈ ਸਕਣਗੇ ਉਹ। ਇਹ ਵੈਸੇ ਵੀ ਉਹਨਾਂ ਲਈ ਬਹੁਤ ਹਾਈ ਸਟੇਕਸ ਗੇਮ ਹੈਗੀ ਆ ਗਿੱਦੜਬਾਹਾ ਦੇ ਵਿੱਚ। ਜੇ ਗਿੱਦੜਬਾਹਾ ਸੀਟ ਵੀ ਇਹ ਰਿਟੇਨ ਨਾ ਕਰ ਸਕੇ ਅਕਾਲੀ ਦਲ ਬਾਦਲ, ਤਾਂ ਫਿਰ ਇਹਨਾਂ ਲਈ ਬਹੁਤ ਔਖਾ ਪੈਂਡਾ ਹੋ ਜਾਊਗਾ ਪਾਰਟੀ ਨੂੰ ਰਿਵਾਈਵ ਰੱਖਣ ਲਈ, ਕਿਉਂਕਿ ਹੁਣ ਪਾਰਟੀ ਰਿਵਾਈਵਲ ਦੀ ਲੜਾਈ ਲੜ ਰਹੀ ਹੈ। ਤੇ ਡਿੰਪੀ ਢਿੱਲੋਂ ਦਾ ਜਾਣਾ ਇੱਕ ਬਹੁਤ ਵੱਡੀ ਨਿੱਜੀ ਬਲੋ ਹੈਗੀ ਆ ਸੁਖਬੀਰ ਬਾਦਲ ਨੂੰ। ਉਹਨਾਂ ਨੇ ਉਸ ਦੇ ਉਹਦੇ ਨਾਲ ਜਿਸ ਤਰ੍ਹਾਂ ਟ੍ਰੀਟ ਕੀਤਾ ਹੈਗਾ, ਉਹਦੇ ਤੋਂ ਹਰਟ ਹੋਇਆ ਹੈਗਾ, ਜਿਸ ਤਰ੍ਹਾਂ ਕਿ ਆਪਣੇ ਇੰਟਰਵਿਊ 'ਚ ਜ਼ਿਕਰ ਕੀਤਾ ਹੈਗਾ ਕਿ ਮੈਨੂੰ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਕਿਹਾ ਗਿਆ ਕਿ ਤੂੰ ਆਪਣਾ ਹਲਕਾ ਚੇਂਜ ਕਰ ਲਾ, ਤਲਵੰਡੀ ਸਾਬੋ ਚ ਰਹਿ ਜਾ। ਉਹ ਕਹਿੰਦਾ ਵੀ ਮੈਂ ਹੱਥ ਜੋੜਦੇ ਸੀ ਮੈਂ ਤਲਵੰਡੀ ਸਾਬੋ ਨਹੀਂ ਜਾਣਾ ਗਾ, ਜਾਂ ਤਾਂ ਗਿੱਦੜਬਾਹੀ ਹੋਊਗਾ ਤੇ ਨਹੀਂ ਤਾਂ ਮੈਂ ਘਰ ਬੈਠ ਜਾਊਂਗਾ। ਉਹਨੇ ਮਨਪ੍ਰੀਤ ਬਾਦਲ ਨੂੰ ਸੋਲੀ ਬਲੇਮ ਕੀਤਾ ਹੈਗਾ ਉਹਨਾਂ ਦਾ ਪਾਰਟੀ ਛੱਡਣ ਬਾਰੇ, ਪਰ ਮਨਪ੍ਰੀਤ ਬਾਦਲ ਬਾਰੇ ਸੁਖਬੀਰ ਸਿੰਘ ਬਾਦਲ ਦੀ ਸਟੇਟਮੈਂਟ ਹੈਗੀ ਹੈ ਕਿ ਮੈਂ ਤਾਂ ਪਿਛਲੇ 4 ਮਹੀਨਿਆਂ ਤੋਂ ਮਨਪ੍ਰੀਤ ਬਾਦਲ ਨੂੰ ਮਿਲਿਆ ਵੀ ਨਹੀਂ ਹੈਗਾ। ਸੋ ਹਜੇ ਮਨਪ੍ਰੀਤ ਬਾਦਲ ਦਾ ਸਾਡੀ ਪਾਰਟੀ ਨਾਲ ਕੋਈ ਤਲਕਾ ਤਾਂ ਨਹੀਂ, ਸਾਡੇ ਰਾਹ ਵੱਖ ਵੱਖ ਨੇ। ਸੁਖਬੀਰ ਬਾਦਲ ਨੇ ਇਹਨਾਂ ਨੂੰ 10 ਦਿਨ ਦਿੱਤੇ ਹੈਗੇ ਆ ਡਿੰਪੀ ਢਿੱਲੋਂ ਨੂੰ ਵੀ 10 ਦਿਨਾਂ ਦੇ ਵਿੱਚ ਤੁਸੀਂ ਜਾਂ ਤਾਂ ਵਾਪਸ ਆ ਜਾਓ ਪਾਰਟੀ ਚੋਂ, ਅਸੀਂ ਤੁਹਾਡਾ ਰੁਤਬਾ ਸਾਰਾ ਬਹਾਲ ਕਰਾਂਗੇ ਤੇ ਮੈਂ ਤੁਹਾਡੀ ਟਿਕਟ ਵੀ ਐਲਾਨ ਕਰ ਦੂੰਗਾ। ਇਸ ਵਰਤਾਰੇ ਨਾਲ ਇਹ ਹੈਗਾ ਕਿ ਡਿੰਪੀ ਢਿੱਲੋਂ ਦੇ ਛੱਡਣ ਨਾਲ ਅਕਾਲੀ ਦਲ ਬਾਦਲ ਜਿਹੜਾ ਡਿਫੈਂਸਿਵ ਪੋਸਟ ਦੇ ਵਿੱਚ ਹੈਗਾ। ਪਰ ਇਹਦੇ 'ਚ ਗਿੱਲ ਸਾਹਿਬ ਜਿਵੇਂ ਚੋਰ ਨਾਲੋਂ ਪੰਡ ਕਾਹਲੀ ਆ, ਦੇਖੋ ਸਿਆਸਤ ਦੇ ਵਿੱਚ ਡਿਸਕਸ਼ਨ ਦੇ ਵਿੱਚ 20 ਗੱਲਾਂ ਚੱਲਦੀਆਂ ਹੁੰਦੀਆਂ ਨੇ ਕਿ ਕਿਹਨੂੰ ਕਿੱਥੋਂ ਲੜਾਉਣਾ। ਚਲੋ ਮੰਨ ਲਈਏ ਕਿ ਡਿੰਪੀ ਢਿੱਲੋਂ ਦੀ ਗੱਲ ਸਹੀ ਹੈ, ਉਹਨੇ ਆਖਿਆ ਸੀ ਕਿ ਮਨਪ੍ਰੀਤ ਬਾਰੇ ਕਿ ਮਨਪ੍ਰੀਤ ਆ ਸਕਦਾ ਵੀ ਤੁਸੀਂ ਜਿਹੜਾ ਤਲਵੰਡੀ ਸਾਬੋ ਚਲੇ ਜਾਓ, ਅਤੇ ਵੈਸੇ ਵੀ ਟਿਕਟਾਂ ਨੇ ਜਿਹੜੀਆਂ ਸੀਟਾਂ ਨੇ ਤਬਦੀਲ ਕਰ ਦਿੱਤੀਆਂ ਜਾਂਦੀਆਂ ਨੇ, ਪਰ ਜੇ ਉਹ ਕਹਿ ਰਿਹਾ ਕਿ ਪਾਰਟੀ ਨਾਲ ਮੇਰੀ ਵਫਾਦਾਰੀ ਹੈ, ਪਾਰਟੀ ਦੀ ਬਿਨਾਹ 'ਤੇ ਉਹਨੇ ਤਰੱਕੀ ਬਹੁਤ ਕੀਤੀ ਹੈ, 'ਚ ਕੋਈ ਦੋਰਾਵਾਂ ਨਹੀਂ, ਅੰਮ੍ਰਿਤਸਰ ਬਠਿੰਡਾ ਬੱਸਾਂ ਦੇ ਰੂਟ ਜਾਂ ਬੜਾ ਕੁਛ ਹੋਇਆ, ਕਿਉਂਕਿ ਬਗੈਰ ਪੋਲੀਟੀਕਲ ਸਿਸਟਮ ਤੋਂ ਏਡਾ ਮਤਲਬ ਸਮਾਰਾਜ ਕਿਸੇ ਦਾ ਖੜ੍ਹਾ ਨਹੀਂ ਹੁੰਦਾ। ਇਸ ਦੌਰਾਨ ਅਜੇ ਚਰਚਾਵਾਂ ਨੇ ਪਰ ਟਿਕਟ ਅਨਾਊਂਸ ਤਾਂ ਕਿਸੇ ਦੀ ਨਹੀਂ ਸੀ ਹੋਈ, ਪਰ ਇਸ ਦੌਰਾਨ ਕਿਤੇ ਨਾ ਕਿਤੇ ਪਾਰਟੀ ਪ੍ਰਤੀ ਜ਼ਿੰਮੇਵਾਰੀਆਂ ਤੋਂ ਜਿਹੜਾ ਹਰ ਬੰਦਾ ਦਲ ਛੱਡਦਾ ਜਾਂ ਦਲ ਬਦਲਦਾ ਉਹ ਇੱਦਾਂ ਹੀ ਜਸਟੀਫਾਈ ਕਰਦਾ ਹੁੰਦਾ ਕਿ ਮੇਰੇ ਨਾਲ ਜ਼ਿਆਦਤੀ ਬਹੁਤ ਹੋਈ ਹੈ, ਜਿਵੇਂ ਹੁਣ ਡਿੰਪੀ ਢਿੱਲੋਂ ਕਹਿੰਦੇ। ਹਜੇ ਤਾਂ ਪਰਮਿੰਦਰ ਬਾਏ ਇਲੈਕਸ਼ਨਾਂ ਅਨਾਊਂਸ ਵੀ ਨਹੀਂ ਹੋਈਆਂ ਗਈਆਂ,
ਤੇ ਹਜੇ ਐਕਸਪੈਕਟਡ ਵੀ ਹੈ ਨਹੀਂ ਕਿ ਵੀ ਬਿਲਕੁਲ। ਛੇਤੀ ਆਉਣ ਵਾਲੇ ਫਿਰ ਦਸੰਬਰ ਤੋਂ ਪਹਿਲੇ ਪਹਿਲੇ ਇਲੈਕਸ਼ਨਸ ਕਰਾਉਣੀਆਂ ਪੈਣੀਆਂ ਨੇ, ਕਿਉਂਕਿ 6 ਮਹੀਨੇ ਦੀ ਵਿੱਥ ਹੁੰਦੀ ਹੈਗੀ ਆ ਬਾਈ ਇਲੈਕਸ਼ਨ, ਜਦੋਂ ਤੋਂ ਸੀਟ ਖਾਲੀ ਹੁੰਦੀ ਹੈਗੀ ਆ ਤੇ ਉਹ 6 ਮਹੀਨੇ ਦੇ ਵਿੱਚ ਭਰਨੀ ਹੁੰਦੀ ਹੈਗੀ ਸੀਟ ਜਿਹੜੀ ਹੈਗੀ ਆ, ਉਹ ਦਸੰਬਰ ਤੱਕ ਟਾਈਮ ਹੈਗਾ। ਇਹ ਪ੍ਰੋਬਲੀ ਜਿਹੜੀਆਂ ਪੰਚਾਇਤ ਇਲੈਕਸ਼ਨਾਂ ਹੁਣ ਅਨਾਊਂਸ ਕੀਤੀਆਂ ਹੋਈਆਂ ਪੰਜਾਬ ਗਵਰਨਮੈਂਟ ਨੇ, ਜੀ ਉਹਨਾਂ ਤੋਂ ਬਾਅਦ ਕਿਤੇ ਜਾ ਕੇ ਇਹ ਬਾਈ ਇਲੈਕਸ਼ਨ ਹੋਣਗੀਆਂ। ਐਕਸਪੈਕਟਡ ਇਹ ਆ, ਪਹਿਲੇ ਐਕਸਪੈਕਟਡ ਸੀਗਾ ਵੀ ਹਰਿਆਣਾ ਤੇ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਇਲੈਕਸ਼ਨ ਹੈਗੀਆਂ ਉਹਨਾਂ ਦੇ ਨਾਲ ਇਹ ਬਾਈ ਇਲੈਕਸ਼ਨ ਹੋਣਗੀਆਂ, ਕਿਉਂਕਿ ਬਾਈ ਇਲੈਕਸ਼ਨ ਅਰਾਊਂਡ ਅਬਾਊਟ 40 ਸੀਟਸ ਨੇ ਜਿੱਥੇ ਕਿ ਬਾਈ ਇਲੈਕਸ਼ਨ ਹੋਣੀਆਂ ਨੇ ਆਲ ਓਵਰ ਜੀ। ਇੰਡੀਆ, ਤੇ ਉਹਨਾਂ ਵਿੱਚ ਇੱਕ ਪਾਰਲੀਮੈਂਟ ਸੀਟ ਵੀ ਹੈਗੀ ਵਾਇਨਾਡ ਵਾਲੀ ਕੇਰਲਾ, ਕਿਉਂਕਿ ਪ੍ਰਿਅੰਕਾ ਗਾਂਧੀ ਮਤਲਬ ਕਿ ਕੈਂਡੀਡੇਟ ਹੋਊਗੀ ਕਾਂਗਰਸ ਦੀ, ਕਿਉਂਕਿ ਉਹ ਸੀਟ ਰਾਹੁਲ ਗਾਂਧੀ ਨੇ ਵੇਕੈਂਟ ਕੀਤੀ ਹੈਗੀ ਆ। ਇਹ ਮਤਲਬ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਗਿੱਦੜਬਾਜ ਆ ਹੋਰ, ਹਜੇ ਤਾਂ ਆਪਣੇ 4 ਬਾਈ ਇਲੈਕਸ਼ਨ ਨੇ ਪੰਜਾਬ ਵਿੱਚ, ਪਰ ਹਜੇ ਤੱਕ ਕੋਈ ਡੇਟ ਵਗੈਰਾ ਹੋਈ ਨਹੀਂ ਹੈਗੀ। ਪਰ ਗਿੱਦੜਬਾਹ ਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਆਪਣੀ ਐਕਟੀਵਿਟੀ ਆਰੰਭੀ ਹੋਈ ਸੀ ਪਿਛਲੇ ਦਿਨਾਂ 'ਚ, ਜਿੱਥੇ ਕਿ ਹੁਣ ਬਰਿਆਮ ਲੱਗਦਾ ਦਿਖਾਈ ਦੇ ਰਿਹਾ ਹੈਗਾ। ਹਾਂ, ਉਮੀਦ ਬੜੀ ਸੀ ਇਹਨਾਂ ਨੂੰ ਵੀ ਕਿ ਇੱਕ ਉਹ ਅਕਾਲੀ ਦਲ ਦਾ ਮਤਲਬ ਹਲਕਾ ਆ। ਦੂਸਰਾ, ਮਨਪ੍ਰੀਤ ਬਾਦਲ ਦਾ ਕਿੱਦਾਂ ਦੇਖਦੇ ਹੋ ਗਿੱਲ ਸਾਹਿਬ, ਜੇ ਮਨਪ੍ਰੀਤ ਬਾਦਲ ਕੀ ਬੀਜੇਪੀ ਛੱਡ ਕੇ ਮੁੜ ਕੇ ਡੁੱਬਦੀ ਹੋਈ ਪਾਰਟੀ 'ਚ ਆਪਣੇ ਹੋਮ ਜਿਹੜਾ ਘਰ ਵਾਪਸੀ ਕਰ ਸਕਦਾ? ਕਿਉਂਕਿ ਇੱਧਰੋਂ ਜਿਹੜੀਆਂ ਤਿਆਰੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਵੀ ਪੂਰੀ ਤਰ੍ਹਾਂ ਵਿੱਢੀਆਂ ਹੋਈਆਂ ਨੇ। ਜਿਵੇਂ ਵਜ਼ੀਰ ਇਕੱਠੇ ਹੋ ਕੇ ਗਏ ਮੁੱਖ ਮੰਤਰੀ ਸਾਹਿਬ ਕੋਲ ਕਿ ਸਾਨੂੰ ਤਾਂ ਇਲਾਕੇ 'ਚ ਜਾਂਦੇ ਹਾਂ, ਚਾਹ ਪਾਣੀ ਪੀ ਕੇ ਆਉਂਦੇ ਹਾਂ, ਦੇਣ ਨੂੰ ਸਾਡੇ ਕੋਲ ਪੈਸਾ ਕੋਈ ਨਹੀਂ। 2.5 ਕਰੋੜ ਹੁੰਦਾ ਸੀ ਪਹਿਲਾਂ, 5 ਕਰੋੜ ਸੀ, ਫਿਰ ਘਟਾ ਕੇ ਇਹਨਾਂ ਨੇ 2.5 ਕਰੋੜ ਕੀਤਾ ਭਗਵੰਤ ਮਾਨ ਨੇ 22 ਦੇ ਵਿੱਚ, ਅਤੇ 23 ਦੇ ਵਿੱਚ ਘਟਾ ਕੇ 2.5 ਤੋਂ ਫਿਰ ਜਿਹੜਾ 1 ਕਰੋੜ ਕਰ ਦਿੱਤਾ, ਹੁਣ 1 ਕਰੋੜ ਤੋਂ ਫਿਰ 1.5 ਕਰੋੜ ਵਧਾ ਕੇ ਮੁੜ ਕੇ 2.5 ਕਰ ਦਿੱਤਾ। ਪਰ ਆਪਣਾ ਜਿਹੜਾ ਫੰਡ ਸੀ ਵਜ਼ੀਰ ਮੁੱਖ ਮੰਤਰੀ ਦਾ, ਉਹ ਇਸ ਤੋਂ ਵੀ ਜ਼ਿਆਦਾ ਵਧਾ ਦਿੱਤਾ। ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਮਨਪ੍ਰੀਤ ਬਾਦਲ ਦੀ ਆਮਦ ਨੂੰ ਲੈ ਕੇ ਜੋ ਕਿਆਸ ਰਾਈਆਂ ਨੇ ਉਹਨੂੰ ਕਿੱਦਾਂ ਵੇਖਦੇ ਹੋ? ਕਿਉਂਕਿ ਬਾਗੀ ਧੜਾ ਜਿਹੜਾ ਵਡਾਲਾ ਸਾਹਿਬ ਜਾਂ ਹੋਰ ਕਹਿ ਰਹੇ ਨੇ ਕਿ ਸਾਰੀ ਜ਼ਿੰਮੇਵਾਰੀ ਪ੍ਰਧਾਨ ਸਾਹਿਬ ਦੀ ਹੈ ਜਿਹੜੀ, ਉਹ ਪੂਰੀ ਤਰ੍ਹਾਂ ਨਹੀਂ ਨਿਭਾ ਰਹੇ ਜੋ ਲੋਕ ਛੱਡ ਰਹੇ ਨੇ। ਕਿਉਂਕਿ ਜਿਹੜਾ ਡਿੰਪੀ ਨੇ ਇਹ ਮਤਲਬ ਕਿ ਐਲੀਗੇਸ਼ਨ ਲਾਈਆਂ ਹੈਗੀਆਂ ਕਿ ਮਨਪ੍ਰੀਤ ਬਾਦਲ ਜਦੋਂ ਗਿੱਦੜਬਾਹ ਦੇ ਵਿੱਚ ਆਉਂਦਾ ਹੈਗਾ, ਇਹ ਜਿੰਨਾ ਘਰਾਂ 'ਚ ਜਾਂਦਾ ਹੈਗਾ ਉੱਥੇ ਇਹਦੀ ਕੰਸੀਨੇਟੇਰੀ ਟੋਨ ਹੁੰਦੀ ਹੈਗੀ ਟੁਵਰਡ ਸੁਖਬੀਰ ਬਾਦਲ, ਤੇ ਸੁਖਬੀਰ ਬਾਦਲ ਨੇ ਵੀ ਜਿੰਨੀਆਂ ਰੈਲੀਜ਼ ਕੀਤੀਆਂ ਨੇ ਡਿੰਪੀ ਢਿੱਲੋਂ ਦੇ ਨਾਲ, ਉਹਦੇ 'ਚ ਡਿੰਪੀ ਦੇ ਕਹਿਣ ਮੁਤਾਬਕ ਉਹਨਾਂ ਨੂੰ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ 'ਤੇ ਅਟੈਕ ਕਰਨਾ ਚਾਹੀਦਾ ਸੀ ਉਸ ਤਰ੍ਹਾਂ ਕਰ ਨਹੀਂ ਰਹੇ ਗਏ। ਸੌਫਟ ਨੇ ਮਤਲਬ ਕੀ ਬੀਜੇਪੀ ਅਤੇ ਫਿਰ ਅਲਾਇੰਸ ਦੀ ਕੋਈ ਸੰਭਾਵਨਾ? ਕਿਉਂਕਿ ਮਨਪ੍ਰੀਤ ਕਿਤੇ ਸਹਿਮਤੀ ਨਾਲ ਹੀ ਇੱਧਰ ਜਾਏਗਾ ਬੀਜੇਪੀ ਦੇ ਨਾਲ। ਮਤਲਬ ਕਿ ਇਹ ਚੀਜ਼ ਹੈ, ਇਸੇ ਇਹੀ ਕੁਸਚਨ ਉਠਾ ਰਿਹਾ ਨਾ ਡਿੰਪੀ ਢਿੱਲੋਂ ਵੀ, ਜਿਹੜੇ ਹੈਗੇ ਇਹ ਆਪਸ 'ਚ ਦੁਬਾਰਾ ਅਲਾਇੰਸ ਵੱਲ ਨੂੰ ਆਪਣਾ ਦਰਵਾਜ਼ਾ ਖੁੱਲ੍ਹਾ ਰੱਖ ਰਹੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ, ਜਦਕਿ ਅਕਿਊਜ਼ ਇਹ ਸਧਾਰਨ ਲਹਿਰ ਵਾਲਿਆਂ ਨੂੰ ਕਰ ਰਹੇ ਹੈਗੇ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਕਨੈਕਸ਼ਨ ਹੈਗਾ। ਜੀ, ਇਸ ਜਿਹੜੇ ਸਾਰੇ ਸੁਨਹਿਰੀਓ ਤੇ ਹਜੇ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਾ ਸੁਧਾਰ ਲਹਿਰ ਵਾਲੇ ਬਾਰੇ ਉਹਨਾਂ ਦੇ ਜਿਹੜੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਵਡਾਲਾ, ਉਹਨਾਂ ਨੇ ਕਾਫੀ ਬਦਲ ਕੇ ਸਵੇਰ ਟਿੱਪਣੀ ਕੀਤੀ ਆ ਵੀ ਜਿਹੜਾ ਸੁਖਬੀਰ ਬਾਦਲ ਹੈਗਾ ਉਹਦਾ ਗ੍ਰਿਪ ਪਾਰਟੀ ਤੋਂ ਲੂਜ਼ ਹੋ ਰਿਹਾ ਹੈਗਾ, ਕਰਕੇ ਉਹਦੇ ਕਲੋਜ਼ ਕਿਚਨ ਕੈਬਨਿਟ ਦੇ ਬੰਦੇ ਡਿੰਪੀ ਢਿੱਲੋਂ ਵਰਗੇ ਉਹ ਵੀ ਇਹਨਾਂ ਨੂੰ ਛੱਡ ਕੇ ਜਾ ਰਹੇ ਹੈਗੇ ਜੀ। ਇਸ ਤੋਂ ਪਹਿਲੇ ਬੰਗਲੇ ਦੇ ਜਿਹੜੇ MLA ਸੀਗੇ ਸੁੱਖੀ, ਡਾਕਟਰ ਸੁੱਖੀ,
ਉਹਨਾਂ ਨੇ ਵੀ ਇਹ ਛੱਡ ਕੇ ਇਹਨਾਂ ਦੀ ਪਾਰਟੀ ਤੇ ਆਪ ਪਾਰਟੀ ਜੁਆਇਨ ਕੀਤੀ ਹੈਗੀ ਆ। ਹੁਣ ਡਿੰਪੀ ਢਿੱਲੋਂ ਨੇ ਅੱਜ ਜਿਹੜਾ ਜਨਤਕ ਇਕੱਠ ਕੀਤਾ ਸੀਗਾ, ਉੱਥੋਂ ਉਹਨਾਂ ਨੇ ਕਿਹਾ ਵੀ ਮੈਨੂੰ ਜਨਤਾ ਦੀ ਆਵਾਜ਼ ਆਈ ਹੈ ਕਿ ਮੈਂ ਆਪ ਪਾਰਟੀ ਜੁਆਇਨ ਕਰ ਲਾਂ। ਪਰ ਹਜੇ ਆਪ ਵਾਲਿਆਂ ਨੇ ਇਹਨਾਂ ਦੇ ਦੱਸਣ ਮੁਤਾਬਕ ਹੈ ਕਿ ਸਾਨੂੰ ਕੋਈ ਕੰਟੈਕਟ ਨਹੀਂ ਕੀਤਾ ਗਾ। ਹੁਣ ਜਿਵੇਂ ਤੁਸੀਂ ਦੱਸ ਰਹੇ ਆ ਵੀ ਉਹ ਕਹਿ ਰਿਹਾ ਕਿ 28 ਤਰੀਕ ਨੂੰ ਮੈਂ ਪ੍ਰੈਜੈਂਸ ਆਫ ਚੀਫ ਮਿਨਿਸਟਰ ਭਗਵੰਤ ਮਾਨ ਮੈਂ ਆਪ ਪਾਰਟੀ ਜੁਆਇਨ ਕਰ ਰਿਹਾ ਹੈਗਾ, ਤੇ ਪ੍ਰੋਬਬਲੀ ਹੋ ਸਕਦਾ ਕਿ ਇਹਨਾਂ ਨੂੰ ਆਪ ਆਪਣਾ ਕੈਂਡੀਡੇਟ ਵੀ ਬਣਾ ਲਿਆ। ਹਾਂ ਬਿਲਕੁਲ, ਗੇਮ ਤਾਂ ਹੈ ਪਰ ਕਿਉਂਕਿ ਡਿੰਪੀ ਢਿੱਲੋਂ ਨੇ ਜਿਹੜੀਆਂ ਪਿਛਲੀ ਵਾਰ ਦੀਆਂ 2022 ਦੀਆਂ ਇਲੈਕਸ਼ਨ ਹੋਈਆਂ ਸੀਗੀਆਂ ਉਹਦੇ ਵਿੱਚ ਇਹ 50,000 ਪਲੱਸ ਵੋਟਸ ਲੈ ਗਏ ਸੀ, 1300 ਵੋਟਾਂ ਦੇ ਫਰਕ ਨਾਲ ਹਾਰਿਆ ਸੀਗਾ। ਇਹ 2 ਵਾਰੀ ਇਲੈਕਸ਼ਨ ਲੜ ਚੁੱਕੇ ਆ ਗਿੱਦੜਬਾਹਾ ਤੋਂ, ਕਾਮਯਾਬ ਨਹੀਂ ਹੋਏ। ਪਰ ਇਸ ਵਾਰੀ ਜੇ ਇਹ ਆਪ ਗਵਰਨਮੈਂਟ ਵੱਲੋਂ ਪਾਰਟੀ ਵੱਲੋਂ ਲੜਦੇ ਹੈਗੇ ਆ ਤਾਂ ਇਹ ਬਹੁਤ ਫਾਰਮੇਟੇਬਲ ਕੈਂਡੀਡੇਟ ਹੋਊਗਾ। ਵੈਸੇ ਫਾਇਦਾ ਤਾਂ ਇਸ ਸਥਿਤੀ ਦੇ ਵਿੱਚ, ਕਿਉਂਕਿ ਅਕਾਲੀ ਦਲ ਦੀ ਵੋਟ ਡਾਇਵਰਟ ਹੋਏਗੀ, ਅਕਾਲੀ ਦੀ ਵੋਟ ਕਿਉਂਕਿ ਇਹਨਾਂ ਦਾ ਰਵਾਇਤੀ ਹਲਕਾ, ਫਿਰ ਕੁਛ ਵੋਟ ਹੈ ਜਿਹੜੀ ਉਹ ਡਿੰਪੀ ਢਿੱਲੋਂ ਲੈ ਜਾਏਗਾ ਆਪ ਵੱਲੋਂ, ਅਤੇ ਬੈਨੀਫਿਟ ਤਾਂ ਕਾਂਗਰਸ ਨੂੰ ਜਾਏਗਾ ਜੋ ਮੈਨੂੰ ਲੱਗਦਾ ਇਸ ਸੀਟ ਤੋਂ। ਕੈਂਡੀਡੇਟ ਦੇਖੋ ਅੰਮ੍ਰਿਤਾ ਵੜਿੰਗ ਨੂੰ ਬਣਾਉਂਦੇ ਆ ਜਾਂ ਕਿਸੇ ਹੋਰ ਨੂੰ, ਪਰ ਦੂਸਰੇ ਪਾਸੇ ਜਿਹੜਾ ਵਜ਼ੀਰ ਬਣ ਕੇ ਵੀ ਤੁਸੀਂ ਵੇਖੋ, ਤੁਹਾਡੇ ਆਪਣੇ ਸ਼ਹਿਰ ਵਾਲੇ MLA ਗੁਰਪ੍ਰੀਤ ਗੋਗੀ ਆਪਣਾ ਭਗਵੰਤ ਮਾਨ ਦਾ ਪੱਥਰ ਤੋੜੀ ਜਾਂਦੇ ਨੇ, ਉੱਧਰ ਜਾ ਕੇ ਵੀ ਕੀ ਕਰੂ, 92 MLA ਰੋਈ ਜਾਂਦੇ ਨੇ, ਵਜ਼ੀਰ ਰੋਈ ਜਾਂਦੇ ਨੇ ਕਿ ਸਾਡੇ ਕੋਲ ਪੈਸਾ ਕੋਈ ਨਹੀਂ। ਹੁਣ ਤੁਸੀਂ ਵੇਖੋ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਦੌਰਾਨ ਚਰਨਜੀਤ ਭੁੱਲਰ ਦੀ ਰਿਪੋਰਟ ਹੈ ਕਿ 5.5 ਕਰੋੜ ਰੁਪਈਆ ਮੁੱਖ ਮੰਤਰੀ ਦਾ ਅਖਤਿਆਰੀ ਫੰਡ ਸੀ, ਉਹਨੇ 5.5 ਕਰੋੜ ਤੋਂ ਵਧਾ ਕੇ ਕੈਪਟਨ ਸਾਹਿਬ ਨੇ 10 ਕੀਤਾ, 10 ਤੋਂ ਫਿਰ 50 ਕੀਤਾ, 50 ਤੋਂ 75 ਕੀਤਾ, ਚੰਨੀ ਵਜ਼ਾਰਤ ਦੇ ਵਿੱਚ ਆ ਕੇ ਇਹ 10 ਤੋਂ 50, 35, ਫਿਰ 50, ਫਿਰ 75 ਕਰੋੜ ਹੋ ਗਿਆ। ਪਰ ਹੁਣ ਭਗਵੰਤ ਮਾਨ ਨੇ ਆਉਂਦਿਆਂ ਇਸ ਨੂੰ ਘਟਾ ਕੇ 5 ਕਰੋੜ ਕਰ ਦਿੱਤਾ ਮੁੱਖ ਮੰਤਰੀ ਦਾ ਫੰਡ, ਕਿ 75 ਕਰੋੜ ਰੁਪਈਆ ਮੁੱਖ ਮੰਤਰੀ ਵੰਡੇ ਚੰਗਾ ਨਹੀਂ, ਇਸ ਕਰਕੇ 5 ਕਰੋੜ ਕਰ ਦਿਓ। ਵਜ਼ੀਰਾਂ ਦਾ ਵੀ 5 ਕਰੋੜ ਤੋਂ ਘਟਾ ਕੇ 2.5 ਕਰੋੜ ਕਰ ਦਿੱਤਾ, ਫਿਰ 1 ਕਰੋੜ ਕਰ ਦਿੱਤਾ। ਪਰ ਹੁਣ ਮੁੱਖ ਮੰਤਰੀ ਨੇ ਆਪਣਾ ਫੰਡ ਤਾਂ 2023 ਦੇ ਵਿੱਚ 5 ਕਰੋੜ ਤੋਂ ਵਧਾ ਕੇ 35 ਕਰੋੜ ਕਰ ਲਿਆ, ਪਰ ਵਜ਼ੀਰਾਂ ਦਾ ਘਟਾ ਦਿੱਤਾ। ਉੱਧਰ ਵੀ ਮਤਲਬ ਸਥਿਤੀ ਆਮ ਆਦਮੀ ਪਾਰਟੀ ਦੀ ਬਹੁਤੀ ਅੱਛੀ ਨਹੀਂ। ਇਹਨਾਂ ਦਿਨਾਂ ਦੇ ਦੌਰਾਨ ਗਿੱਲ ਸਾਹਿਬ ਜਿਹੜਾ ਲੋਕਾਂ 'ਤੇ ਵਜ਼ਨ ਪਿਆ, ਹੁਣ ਤੁਸੀਂ ਵੇਖੋ ਕਿ ਜਿਹੜੇ ਪੰਜਾਬ ਦੇ ਪ੍ਰੋਮੀਨੈਂਟ ਜਾਂ ਬਿਊਟੀ ਪਾਰਲਰ ਨੇ ਸਾਰਿਆਂ ਨੂੰ ਸੰਮਣ ਹੋ ਗਏ ਕਿ 2 ਸਤੰਬਰ ਤੱਕ ਤੁਸੀਂ ਦੱਸੋ ਕਿ ਜਿਹੜੇ ਤੁਸੀਂ ਵਾਲ ਡਾਈ ਕਰਦੇ ਹੋ ਲੋਕਾਂ ਦੇ, ਮੇਕਅਪ ਕਰਦੇ ਹੋ, ਉਹਦਾ ਜਿਹੜਾ ਗੰਦਾ ਪਾਣੀ ਹੈ ਕਿੱਥੇ ਸੁੱਟ ਦਿਓ, ਉਹ ਤਾਂ ਕੁਦਰਤੀ ਸੀਵਰੇਜ 'ਚ ਜਾਏਗਾ। ਉਹ ਤਾਂ ਜੇ ਮੁੱਖ ਮੰਤਰੀ ਸਾਹਿਬ ਵੀ ਘਰੇ ਡਾਈ ਲਾਉਂਦੇ, ਮੈਂ ਵੀ ਡਾਈ ਲਾਉਣਾ, ਇਹ ਡਾਈ ਦਾ ਪਾਣੀ ਤਾਂ ਸੀਵਰ 'ਚ ਹੀ ਜਾਏਗਾ। ਹੁਣ ਟ੍ਰੀਟਮੈਂਟ ਨਾ ਤਾਂ ਭਗਵੰਤ ਮਾਨ ਸਾਹਿਬ ਦੇ ਘਰੇ ਆ ਨਾ ਮੇਰੇ ਘਰੇ ਆ, ਉਹ ਤਾਂ ਕੁਦਰਤੀ ਹੈ, ਇਹ ਕਿਹੜਾ ਕੋਈ ਮੈਡੀਕਲ ਵੇਸਟ ਹੈ। ਪਰ ਉਸ ਦੌਰਾਨ ਨਾਲ ਨਾਲ ਜਿਹੜੇ ਪੁਰਾਣੇ ਵਹੀਕਲ ਨੇ, ਉਹਨਾਂ ਪੁਰਾਣੇ ਵਹੀਕਲਾਂ 'ਤੇ ਵੀ ਇਹਨਾਂ ਨੇ ਟੈਕਸ ਲਾ ਦਿੱਤਾ, ਜਿਹੜੇ 7 ਸਾਲ ਪੁਰਾਣੇ ਨੇ, ਜਿਹੜੇ ਆਲਰੇਡੀ ਲੰਬਸਮ ਦੇ ਚੁੱਕੇ ਨੇ 15 ਸਾਲ ਲਈ। ਨਵਿਆਂ 'ਤੇ ਤੁਸੀਂ ਲਾਓ, ਚਲੋ ਜਾਇਜ਼ ਹੈ, ਹਾਜ਼ਮ ਹੁੰਦਾ, ਪਰ ਜਿਹੜੇ ਬੰਦੇ ਨੇ 7 ਸਾਲ ਪਹਿਲਾਂ ਇੱਕ ਕਾਰ ਖਰੀਦੀ, ਇੱਕ ਸਕੂਟਰ ਖਰੀਦਿਆ, ਉਹ 15 ਸਾਲ ਦਾ ਟੈਕਸ ਪੇ ਕਰ ਚੁੱਕਾ ਹੈ, ਅਤੇ 7 ਸਾਲ ਬਾਅਦ ਉਸ 'ਤੇ ਵਾਤਾਵਰਨ ਟੈਕਸ ਲਾ ਦਿੱਤਾ। ਹੁਣ ਵਾਤਾਵਰਨ ਖਰਾਬ ਕਰਨ 'ਚ ਨੇਤਾ ਕਿਹੜਾ ਘੱਟ ਨੇ, ਹਰੀ ਕਚੂਰ ਕਣਕ ਵੱਢੀ ਹੋਈ ਤੁਸੀਂ। ਸਾਰੀਆਂ ਰੋਂਗ ਪਾਲਿਸੀਜ਼ ਹੈਗੀਆਂ ਨੇ। ਕੋਈ ਵਿਜ਼ਨਰੀ ਸਟੇਟਮੈਂਟ ਚੀਫ ਮਿਨਿਸਟਰ ਭਗਵੰਤ ਮਾਨ ਦੇਣ ਦੇ ਵਿੱਚ ਇਨਕੈਪੇਬਲ ਦਿਖਾਈ ਦੇ ਰਹੇ ਹੈਗੇ ਆ। ਉਹ ਸਿਰਫ ਆਪਣੀਆਂ ਗਿਮਿਕਸ ਖੇਡ ਰਹੇ ਹੈਗੇ, ਕਿਉਂਕਿ ਜਿਹੜੀ ਵਿੱਤੀ ਹਾਲਤ ਹੈਗੀ ਆ ਸਟੇਟ ਦੀ, ਗਵਰਨਮੈਂਟ ਦੀ, ਉਹ ਬਹੁਤ ਮਾੜੀ ਹੈਗੀ ਆ। ਪਰ ਮਤਲਬ ਕਿ ਮੈਸ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਮੈਸ ਬਣਿਆ ਹੋਇਆ ਜਮਾਂ। ਤੁਸੀਂ ਜਿਹੜੇ ਇਹ ਟੈਕਸਿਸ ਦਾ ਬੋਝ ਇਹਨਾਂ ਨੇ ਬਹੁਤ ਪਾਇਆ ਹੈਗਾ ਆਪਣੇ 2.5 ਸਾਲ ਦੇ ਕਾਰਜਕਾਲ ਦੌਰਾਨ।
ਇੱਕ ਦੂਜੇ ਪਾਸੇ ਅੱਜ ਪਾਵਰ ਕਾਰਪੋਰੇਸ਼ਨ ਦੀ ਖਬਰ ਸੀਗੀ ਕਿ ਪਾਵਰ ਕਾਰਪੋਰੇਸ਼ਨ ਇੰਨਾ ਵਿੱਤੀ ਸੰਕਟ ਵਿੱਚ ਘਿਰਿਆ ਹੋਇਆ ਹੈਗਾ ਕਿ ਉਹਨਾਂ ਨੂੰ ਆਪਣਾ ਰੋਜ਼ਮਰ੍ਹਾ ਦਾ ਕੰਮਕਾਰ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਹੈਗੀ ਆ। ਇੱਕ ਤਾਂ ਉਹ ਕਹਿੰਦੇ ਵੀ ਸਾਡੇ ਜਿਹੜੇ ਬਿੱਲਸ ਹੈਗੇ ਆ ਉਹ ਕਲੀਅਰ ਨਹੀਂ ਹੋ ਰਹੇ, ਈਵਨ ਕਿ ਜਿਹੜੇ ਕੰਜ਼ਿਊਮਰਸ ਹੈਗੇ ਆ ਉਹਨਾਂ ਨੇ ਵੀ ਲੰਮੇ ਬਿੱਲ ਦਿੱਤੇ ਨਹੀਂ ਹੈਗੇ। ਈਵਨ ਜਿਹੜੇ ਸਰਕਾਰੀ ਡਿਪਾਰਟਮੈਂਟਸ ਹੈਗੇ ਜਿਨ੍ਹਾਂ ਵੱਲ 3600 ਤੇ 4000 ਕਰੋੜ ਰੁਪਏ ਦਾ ਬਕਾਇਆ ਹੈਗਾ ਬਿੱਲਸ ਦਾ, ਉਹਨਾਂ ਨੇ ਵੀ ਹਜੇ ਤੱਕ ਪੇ ਨਹੀਂ ਕੀਤਾ। ਤੇ ਨਾ ਹੀ ਇਸ ਵਾਰੀ ਪੰਜਾਬ ਸਰਕਾਰ ਨੇ ਜਿੰਨੇ ਪੈਸੇ ਇਹਨਾਂ ਨੇ ਪਾਵਰ ਕਾਰਪੋਰੇਸ਼ਨ ਨੂੰ ਸਬਸਿਡੀ ਦੇ ਦੇਣੇ ਸੀਗੇ ਉਹ ਦਿੱਤੇ ਹੈਗੇ ਆ, ਉਸ ਕਰਕੇ ਪਾਵਰ ਕਾਰਪੋਰੇਸ਼ਨ ਤੇ ਵੀ ਬਹੁਤ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਹੈਗੇ ਨੇ। ਇਸੇ ਮਤਲਬ ਕਿ ਇਹ ਇਹਨਾਂ ਦੀਆਂ ਰੋਂਗ ਜਿਹੜੀਆਂ ਫ੍ਰੀਬੀਸ ਵਾਲੀਆਂ ਪਾਲਿਸੀਜ਼ ਹੈਗੀਆਂ ਨੇ ਉਹਦਾ ਹੁਣ ਅਸਰ ਜਿਹੜਾ ਹੈਗਾ ਅਰਥਚਾਰੇ ਤੇ ਪੈਂਦਾ ਦਿਖਾਈ ਦੇ ਰਿਹਾ ਹੈਗਾ। ਪਰ ਜਿਹੜਾ ਦੇਖੋ ਜਿਹੜੀ ਘਟਨਾ ਘਟੀ ਹੈ ਅੰਮ੍ਰਿਤਸਰ ਦੇ ਵਿੱਚ, ਠੀਕ ਹੈ NRI ਦਾ ਡੋਮੈਸਟਿਕ ਸਹੁਰਿਆਂ ਦਾ ਜਿਹੜਾ ਮੈਟਰੀਮੋਨੀਅਲ ਡਿਸਪਿਊਟ ਸੀਗਾ, ਉਸ ਦੌਰਾਨ ਕੁਛ ਅਖਬਾਰਾਂ ਨੇ ਉਸਨੂੰ ਹੈੱਡਲਾਈਨ ਬਣਾਇਆ, ਅਜੀਤ ਵਗੈਰਾ ਨੇ, ਜਿਨ੍ਹਾਂ ਦੇ ਐਡਵਰਟਾਈਜ਼ ਨਹੀਂ ਆਉਂਦੀ। ਸੋ ਇਸ਼ਤਿਹਾਰਾਤ ਕੇ ਦੌਰ ਮੇਂ ਜੀਣਾ ਹੈ, ਅਗਰ ਖੁਦ ਕੋ ਕਿਸੀ ਨੇ ਕਿਸੀ ਖਬਰ ਮੇਂ ਰੱਖਣਾ, ਅਖਬਾਰਾਂ ਨੂੰ ਸਪਲੀਮੈਂਟ ਸੁਣਿਆ ਸੀ ਦਿਵਾਲੀ ਦੁਸਹਿਰੇ 'ਤੇ ਜਾਂ ਕਿਸੇ ਦਿਨ ਤਿਉਹਾਰ 'ਤੇ ਦੇ ਦਿਓ, ਪਰ ਰੋਜ਼ ਅਖਬਾਰਾਂ ਨੂੰ ਭਗਵੰਤ ਮਾਨ ਸਰਕਾਰ ਦੇ ਇਸ਼ਤਿਹਾਰ ਆ ਰਹੇ ਨੇ। ਜਿਸ ਦਿਨ ਨਹੀਂ ਆਉਂਦੇ ਤਾਂ ਉਸ ਦਿਨ ਫਿਰ ਅਗਲੇ ਠੋਕ ਦਿੰਦੇ ਆ। ਪਰ ਇਸ ਦੌਰਾਨ ਜਿਹੜੀ ਲਾਅ ਐਂਡ ਆਰਡਰ ਹੈ, ਤੁਸੀਂ ਵੇਖੋ ਕਿ ਅੱਜ ਵੀ ਦਿੱਲੀ ਦੇ ਵਿੱਚ 8 ਪਿਸਟਲ ਫੜੇ ਗਏ ਨੇ ਜਿਹੜੇ ਮੱਧ ਪ੍ਰਦੇਸ਼ ਤੋਂ ਖਰਗੋਨ ਤੋਂ ਲਿਆਉਂਦੇ ਨੇ ਬੰਦੇ ਨੇ, ਅਤੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਰਾਜਪੁਰੇ ਸਟੇਸ਼ਨ 'ਤੇ 10 ਪਿਸਟਲ ਫੜੇ ਗਏ ਨੇ। ਇਹ ਜਿਹੜੀਆਂ ਖੇਪਾਂ ਦੀਆਂ ਖੇਪਾਂ ਆ ਰਹੀਆਂ ਨੇ, ਅਤੇ ਆਸਟ੍ਰੇਲੀਆ ਤੋਂ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਰਮਨਜੀਤ ਸਿੰਘ ਰੋਮੀ ਨੂੰ ਗ੍ਰਿਫਤਾਰ ਕਰਕੇ ਵਾਪਸ ਲਿਆਂਦਾ, ਪੰਜਾਬ ਦੇ ਵਿੱਚ ਗਿੱਲ ਸਾਹਿਬ ਇਹ ਜਿਹੜਾ ਡਰ ਹੈ ਇਹਨੂੰ ਕਿੱਦਾਂ ਮਹਿਸੂਸ ਕਰ ਰਹੇ ਹੋ, ਜੋ ਅਸਲਾ ਜਾਂ ਮੂਵਮੈਂਟ ਦਾ ਉੱਠਣਾ? ਜਿਹੜਾ ਇੰਸੀਡੈਂਟ ਸੁਖਚੈਨ ਸਿੰਘ ਨਾਲ ਅੰਮ੍ਰਿਤਸਰ ਡੁਬਰਜੀ ਚ ਹੋਇਆ ਹੈਗਾ ਉਹ ਵਾਕਈ ਬਹੁਤ ਮਤਲਬ ਕਿ ਦਹਿਲਾਉਣ ਵਾਲਾ ਇੰਸੀਡੈਂਟ ਹੈਗਾ ਵੀ ਕਿੱਦਾਂ ਡੇਅਰਿੰਗਲੀ ਕਿਸੇ ਦੇ ਘਰ ਵਿੱਚ ਵੜ ਕੇ ਉਹ ਤੇ ਬੰਦੇ ਨੂੰ ਸ਼ੂਟ ਡਾਊਨ ਕਰ ਰਹੇ ਹੈਗੇ, ਫਿਰ ਉਹਨਾਂ ਦਾ ਪਿਸਟਲ ਫਸ ਜਾਂਦਾ ਤੇ ਉਹ ਬਾਜ਼ ਦਿੰਦਾ ਇੱਕ ਜਣਾ ਕਿ ਨਹੀਂ ਹਜੇ ਆਪਾਂ ਗੋਲੀਆਂ ਚਲਾ ਕੇ ਹੋਰ ਜਾਣਾ ਹੈਗਾ, ਉਹ ਸਗੋਂ ਦੇ ਨਾਲ ਦਾ ਉਹਨੂੰ ਫੜ ਕੇ ਲਿਜਾਂਦਾ ਵੀ ਨਹੀਂ ਨਿਕਲੀ ਆਪਾਂ ਇੱਥੋਂ ਹੁਣ। ਉਹ ਅੱਜ ਵੈਸੇ ਫੜੇ ਗਏ ਹੈਗੇ ਆ, ਉਹਨਾਂ ਨਾਲ 3 ਬੰਦੇ ਹੋਰ ਫੜੇ ਗਏ ਹੈਗੇ ਆ, ਉਹਨਾਂ ਦਾ ਮੈਂ ਇੱਕ ਬਰੀਫ ਇਨਕਾਊਂਟਰ ਤੋਂ ਬਾਅਦ ਅੱਜ ਅਰੈਸਟ ਕੀਤੀ ਹੈਗੀ। ਅੰਮ੍ਰਿਤਸਰ ਤੇ ਹੁਸ਼ਿਆਰਪੁਰ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀਗਾ, ਉਹਦੇ 'ਚ ਇਹ ਹੈਗਾ ਪਰ ਜਿੰਨਾ ਉਹ ਇਹ ਆ ਵੀ ਉਹ ਸਪਾਰੀ ਕਿਲਿੰਗ ਸੀਗੀ ਕਿ ਇੱਕ ਬੰਦੇ ਦਾ ਮੁੱਲ ਜਿਹੜਾ 25,000 ਰਹਿ ਗਿਆ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਲਾਅ ਐਂਡ ਆਰਡਰ ਦੇ ਸਟਰਕਚਰ ਤੇ ਸਟੇਟ ਦੇ ਉੱਤੇ ਬੜਾ ਵੱਡਾ ਕੁਐਸਚਨ ਮਾਰਕ ਖੜਾ ਕਰ ਰਹੀਆਂ ਹੈਗੀਆਂ। ਲੋਕਾਂ ਨੂੰ ਥਰੈਟਨਿੰਗ ਕਾਲਸ ਆ ਰਹੀਆਂ ਹੈਗੀਆਂ ਨੇ, ਪ੍ਰਦਰਸ਼ਨ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜੀ। ਮਤਲਬ ਮੈਨੂੰ ਵੀ ਕੱਲ੍ਹ ਮੈਨੂੰ ਵੀ ਥਰੈਟ ਫਿਰ ਦੁਬਾਰਾ ਕਾਲ ਆਈ ਹੈਗੀ ਆ, ਪਰ ਉਹ ਮਤਲਬ ਕਿ ਚਲੋ ਇਹ ਤਾਂ ਉਹਨਾਂ ਦੇ ਸ਼ਰਾਰਤੀ ਅਨਸਰ ਹੈਗੇ ਨੇ ਜਿਹੜੇ ਮਤਲਬ ਕਿ ਕੋਈ ਕੰਮ ਨਹੀਂ ਹੈਗਾ ਉਹਨਾਂ ਕੋਲੇ ਸਵਾਏ ਏਦਾਂ ਦੀਆਂ ਫੋਕੀਆਂ ਧਮਕੀਆਂ ਦੇਣ ਦੀ ਬਜਾਏ। ਇਹ ਚੀਜ਼ਾਂ ਜਿਹੜੀਆਂ ਨੇ ਹੈ ਤਾਂ ਟ੍ਰਵਲਿੰਗ ਨੇ ਇਹ ਚੀਜ਼ਾਂ, ਮਤਲਬ ਕਿ ਕੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਮਸ਼ੀਨਰੀ ਥੋੜੀ ਸਟ੍ਰੀਮਲਾਈਨ ਹੋ ਕਿਉਂ ਨਹੀਂ ਰਹੀ? ਜਿਹੜੇ ਪਿਸਟਲ ਤੁਸੀਂ ਦੱਸਦੇ ਹੈਗੇ ਵੀ ਇੰਨੇ ਫੜੇ ਜਾ ਰਹੇ ਹੈਗੇ, ਹਥਿਆਰ ਆ ਰਿਹਾ ਦੂਸਰੀਆਂ ਸਟੇਟਸ ਤੋਂ, ਉਹਦੇ ਬਾਰੇ ਕਿਉਂ ਨੀ ਕਾਊਂਟਰ ਮਈਅਰਸ ਲੈ ਜਾ ਰਹੇ ਸਟੇਟ ਦੇ ਚੀਫ ਮਿਨਿਸਟਰ ਵੱਲੋਂ? ਘੱਟੋ ਘੱਟ ਆਪਣੇ ਕਾਊਂਟਰ ਪਾਰਟਸ ਨੂੰ ਇਹ ਚਿੱਠੀ ਤਾਂ ਲਿਖ ਸਕਦੇ ਹੈਗੇ ਆ ਵੀ ਤੁਹਾਡੇ ਇੱਥੋਂ ਇੰਨਾ ਹਥਿਆਰ ਸਾਡੀਆਂ ਸਟੇਟਸ ਵਿੱਚ ਆ ਰਿਹਾ ਹੈਗਾ,
ਵੀ ਇਹਦੇ ਉੱਤੇ ਉਹ ਕੀ ਉੱਥੇ ਐਕਸ਼ਨ ਚੱਕ ਰਹੇ ਹੈਗੇ ਆ, ਜੀ ਮਤਲਬ ਇਹ ਤਾਂ ਹੈ ਨੀ ਕਿ ਉੱਥੇ ਕੋਈ ਫੈਕਟਰੀਆਂ ਲੱਗੀਆਂ ਬਿਲਕੁਲ ਹੋਈਆਂ ਹੈਗੀਆਂ, ਉੱਥੇ ਵੀ ਤਾਂ ਅਸਲ ਆ ਕਿ ਤੂੰ ਆ ਹੀ ਰਿਹਾ ਬਣ ਨਾ। ਰਿਹਾ ਗਿੱਲ ਸਾਹਿਬ, ਸਾਡੇ ਤਾਂ ਚਲੋ ਇਸ ਪਾਸੇ ਥੋੜ੍ਹਾ ਜਿਹਾ ਧਿਆਨ ਰੱਖੀਦਾ। ਜਦੋਂ ਮਤਲਬ 5-4 ਸਾਲ ਪਹਿਲਾਂ ਇਹ ਪਿਸਟਲ ਜਿਹੜੇ ਆਉਂਦੇ ਆ, ਜਿਵੇਂ ਲੁਧਿਆਣੇ ਜਿਹੜੀਆਂ ਝੁੱਗੀ ਝੋਪੜੀਆਂ 'ਚ ਬਸਤੀਆਂ ਨੇ, ਉੱਥੇ ਕੁਛ ਲੋਕ ਆਉਂਦੇ ਆ, ਚੰਡੀਗੜ੍ਹ ਦਾ ਦੜੂਆ ਜਾਂ ਜਿੱਥੇ ਇਸ ਤਰ੍ਹਾਂ ਦੇ ਲੇਬਰ ਲੋਕ ਹੈ, ਉੱਥੇ ਲੋਕ ਇਸ ਤਰ੍ਹਾਂ ਦੇ ਕੁਝ ਕੋਰੀਅਰ ਨੇ। ਮੱਧ ਪ੍ਰਦੇਸ਼ ਤੋਂ ਕਿੰਨੀ ਵਾਰੀ ਪੰਜਾਬ ਪੁਲਿਸ ਖੁਦ ਅਸਲਾ ਫੜ ਕੇ ਲਿਆਈ ਹੈ। ਵੱਡੇ ਪੱਧਰ 'ਤੇ ਬਣਦਾ MP ਅਤੇ UP ਦੋ ਸੂਬਿਆਂ 'ਚ ਬਣਦਾ, ਪਹਿਲਾਂ UP ਤੱਕ ਸੀਮਤ ਸੀ, ਫਿਰ ਇਹ MP ਤੱਕ ਹੋ ਗਿਆ। ਬਿਹਾਰ ਦੇ ਵਿੱਚ ਇਸਤਰੀ ਨਾਂ ਦਾ ਇੱਕ ਪਿੰਡ ਹੈ, ਉਹ ਮੁਸਲਮਾਨਾਂ ਦਾ ਪਿੰਡ ਹੈ, ਉੱਥੇ ਬਣਦਾ, ਪਰ ਬਿਹਾਰ ਦਾ ਅਸਲਾ ਜ਼ਿਆਦਾ ਇੱਧਰ ਨਹੀਂ ਆਉਂਦਾ, ਬੰਗਾਲ 'ਚ ਬਣਦਾ। ਇਸ ਵਕਤ ਸਭ ਤੋਂ ਵੱਧ ਅਸਲਾ UP ਅਤੇ MP 'ਚ ਬਣ ਰਿਹਾ, ਜਿਹੜੀਆਂ ਦੋਨੇ BJP ਦੀਆਂ ਸਟੇਟਸ ਨੇ। ਹੁਣ ਜਿਹੜਾ ਦਿੱਲੀ 'ਚ ਅਸਲਾ ਆਇਆ, ਉਹਦੇ ਨਾਲ ਦਿੱਲੀ ਦੇ ਵਾਸੀਆਂ ਨੂੰ ਵੀ ਮਾਰਿਆ ਜਾਣਾ, ਲੁੱਟ ਖੋਹ ਦਿੱਲੀ 'ਚ ਹੋਣੀ ਆ। ਝੱਜਰ 'ਚ ਤੁਸੀਂ ਵੇਖੋ ਕੱਲ੍ਹ ਕਿੱਡਾ ਇੱਕ ਜਿਹੜਾ ਜਵੈਲਰੀ ਸ਼ੋਪ 'ਤੇ ਕਿੱਡਾ ਡਾਕਾ ਪਿਆ, ਸ਼ਰੇਆਮ 5 ਬੰਦੇ ਨੰਗੇ ਮੂੰਹ ਡਾਕਾ ਮਾਰ ਕੇ ਚਲੇ ਗਏ ਨੇ। ਪਰ ਇਸ ਦੌਰਾਨ ਜਿਵੇਂ ਜੀ ਜੀ ਪਲੀਜ਼, ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਨਾ, ਉਹ ਹਰਿਆਣੇ 'ਚ ਵੀ ਕੋਈ ਬਹੁਤੀ ਬੈਟਰ ਨਹੀਂ ਹੈਗੀ। ਬਿਲਕੁਲ ਮਤਲਬ ਆਪਾਂ ਨੂੰ ਲੱਗ ਹੀ ਰਿਹਾ ਹੈਗਾ ਪੰਜਾਬ ਠੀਕ ਆ, ਹਾਈਲਾਈਟਸ ਦੇ ਵਿੱਚ ਹੈਗਾ, ਪਰ ਹਰਿਆਣਾ ਵੀ ਲੈਗ ਬਿਹਾਈਂਡ ਨਹੀਂ ਕਰ ਰਿਹਾ। ਉੱਥੇ ਵੀ ਜ਼ਿਆਦਾ ਬਲੇਟੈਂਟ ਕਿਲਿੰਗਸ ਵਗੈਰਾ ਜਾਂ ਫਰੋਤੀਆਂ ਦਾ ਕਲਚਰ ਉੱਥੇ ਵੀ ਕਾਫੀ ਵਧਿਆ ਹੋਇਆ ਹੈਗਾ। ਇਸ ਦੌਰਾਨ ਜਿਹੜਾ ਨੰਦ ਲਾਲ ਨੂਰਪੁਰੀ ਸਾਹਿਬ ਦਾ ਇੱਕ ਕਵਿਤਾ ਆਇਆ ਕਿ ਥੋੜ੍ਹ ਜਿਹਾ ਭੋਲਿਆ ਪੰਛੀ ਆਪਣੀ ਜਾਨ ਬਚਾ, ਇੱਥੇ ਡਾਕੇ ਪੈਣ ਦੁਪਹਿਰ ਨੂੰ। ਸਥਿਤੀ ਬਿਲਕੁਲ ਅਜਿਹੀ ਹੈ, ਕੁਛ ਕਾਰਨ ਇੱਦਾਂ ਦੇ ਨੇ। ਗਿੱਲ ਸਾਹਿਬ, ਜਿਹੜੀ ਰਿਪੋਰਟ ਹੈ ਨਾ, ਜਿਹੜੀ ਰੁਝਾਨ ਪੇਸ਼ ਕਰਦੀ ਹੈ ਕਿ ਇਸ ਵਰ੍ਹੇ ਦੇ 2024 ਦੇ 6 ਮਹੀਨਿਆਂ ਦੇ ਦੌਰਾਨ 16,800 ਭਾਰਤੀਆਂ ਨੇ ਕੈਨੇਡਾ ਦੇ ਏਅਰਪੋਰਟ 'ਤੇ ਜਾ ਕੇ ਸਰੈਂਡਰ ਕੀਤਾ ਹੈ ਕਿ ਸਾਡੇ ਦੇਸ਼ 'ਚ ਸਾਨੂੰ ਖਤਰਾ, ਟਰੂਡੋ ਸਾਹਿਬ ਸਾਡੀ ਜਾਨ ਬਚਾਉਂਦੇ ਹੋਏ ਸਾਨੂੰ ਇੱਥੇ ਸ਼ਰਨ ਦੇ ਦਿਓ। ਇਹ 16,800 ਬੰਦਾ 6 ਮਹੀਨਿਆਂ 'ਚ ਗਿਆ, ਅਜੇ 6 ਮਹੀਨੇ ਬਾਕੀ ਨੇ, ਜਿਸ ਦੌਰਾਨ ਇਹਨਾਂ 'ਚੋਂ 30% ਪੰਜਾਬੀ ਨੇ, 70% ਤਾਂ ਮੋਦੀ ਸਾਹਿਬ ਦੇ ਸ਼੍ਰੀ ਰਾਮ ਰਾਜ ਵਾਲੇ ਲੋਕ ਨੇ। ਇਸ ਤਰ੍ਹਾਂ ਜਿਹੜੀ ਰਿਪੋਰਟ ਓਵਰਆਲ ਛਪੀ ਹੈ, ਗੁਲਸ਼ਨ ਜੀ ਹੋਰਾਂ ਦੀ ਰਿਪੋਰਟ ਹੈ ਕਿ 2021 ਦੇ ਵਿੱਚ ਸਿਰਫ 1495 ਭਾਰਤੀਆਂ ਨੇ ਇਸ ਪੋਲੀਟੀਕਲ ਸੈਲਮ ਲਈ ਅਪਲਾਈ ਕੀਤਾ, 22 ਦੇ ਵਿੱਚ 4100 ਨੇ, 2023 ਦੇ ਵਿੱਚ 11,265, ਇੱਕ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਇਕੱਲਾ 11,265 ਭਾਰਤੀਆਂ ਨੇ ਅਪਲਾਈ ਕੀਤਾ ਕਿ ਸਾਡੀ ਜਾਨ ਨੂੰ ਖਤਰਾ ਇੰਡੀਆ 'ਚ, ਸਾਨੂੰ ਕੈਨੇਡਾ ਦੀ ਸ਼ਰਨ ਦਿਓ। ਪਰ 2024 ਦੇ 6 ਮਹੀਨਿਆਂ ਦੇ ਦੌਰਾਨ ਜਨਵਰੀ ਤੋਂ ਜੂਨ ਤੱਕ 16,800 ਬੰਦਿਆਂ ਨੇ ਜਿਹੜੇ ਭਾਰਤੀ ਨੇ, ਇਹਨਾਂ 'ਚੋਂ 30% ਪੰਜਾਬੀ ਨੇ, ਇਹਨਾਂ ਨੇ ਉੱਥੇ ਸ਼ਰਨ ਮੰਗੀ ਹੈ। ਜੇ ਵਿਸ਼ਵ ਦਾ ਅੰਕੜਾ ਦੇਖਿਆ ਜਾਵੇ ਤਾਂ ਪਾਕਿਸਤਾਨ ਦੇ ਵਿੱਚ ਜਿਹੜੇ ਤਕਰੀਬਨ 2023 ਦੇ ਵਿੱਚ 5,545 ਪਾਕਿਸਤਾਨੀ ਅਤੇ 2027 ਦੇ 6 ਮਹੀਨਿਆਂ 'ਚ 2720 ਪਾਕਿਸਤਾਨੀ, ਜਾਣੀ ਕਿ ਇਹ ਵੀ ਡਬਲ ਹੋ ਗਏ ਨੇ, ਇਹ ਤਾਂ ਅੱਧੇ ਹੀ ਨੇ, ਚਲੋ ਐਵਰੇਜ ਉਨੇ ਕੀ ਹੈ। ਸ਼੍ਰੀਲੰਕਾ ਦੇ 2695 ਬੰਦਿਆਂ ਨੇ 2023 'ਚ ਸ਼ਰਨ ਮੰਗੀ ਸੀ ਅਤੇ ਇਹਨਾਂ 6 ਮਹੀਨਿਆਂ ਦੇ ਦੌਰਾਨ 4750 ਬੰਦਿਆਂ ਨੇ ਸ਼ਰਨ ਮੰਗੀ। ਨਾਈਜੀਰੀਆ ਦੇ 9120 ਬੰਦਿਆਂ ਨੇ ਸ਼ਰਨ ਮੰਗੀ 2023 ਪੂਰੇ ਸਾਲ ਦੇ 12 ਮਹੀਨਿਆਂ ਦੌਰਾਨ, ਪਰ ਇਹਨਾਂ 6 ਮਹੀਨਿਆਂ ਦੇ ਦੌਰਾਨ ਚਾਲੂ ਸਾਲ 24 ਤੋਂ 7,650 ਨਾਈਜੀਰੀਅਨ ਕੈਨੇਡਾ ਦੇ ਵਿੱਚ ਅਸਾਈਲਮ ਮੰਗ ਰਹੇ ਨੇ। ਬੰਗਲਾਦੇਸ਼ ਦੇ ਵਿੱਚ ਡਿਸਟਰਬ ਏਰੀਆ, ਬੰਗਲਾਦੇਸ਼ ਦੇ ਵਿੱਚ 2023 ਦੇ ਵਿੱਚ 4400 ਬੰਗਲਾਦੇਸ਼ੀਆਂ ਨੇ ਕੈਨੇਡਾ 'ਚ ਸ਼ਰਨ ਮੰਗੀ ਸੀ, ਇਸ ਵਾਰੀ 6 ਮਹੀਨਿਆਂ 'ਚ 10,920 ਬੰਗਲਾਦੇਸ਼ੀਆਂ ਨੇ ਉੱਥੇ ਸ਼ਰਨ ਮੰਗੀ ਹੈ। ਚਲੋ ਜਾਇਜ਼ ਹੈ, ਡਿਸਟਰਬੈਂਸ ਹੈ, ਪਰ ਭਾਰਤ ਦੇ ਵਿੱਚ 11 ਮਹੀਨੇ ਪਿਛਲੇ ਵਰ੍ਹੇ 2023 'ਚ 11,265 ਭਾਰਤੀਆਂ ਨੇ ਸ਼ਰਨ ਮੰਗੀ ਸੀ, ਪਰ ਇਹਨਾਂ 6 ਮਹੀਨਿਆਂ ਦੇ ਦੌਰਾਨ ਜੂਨ ਤੋਂ ਜਨਵਰੀ ਤੱਕ 16,800
ਭਾਰਤੀਆਂ ਨੇ ਜਿਨ੍ਹਾਂ ਚੋਂ 30% ਬੜਾ ਮਤਲਬ ਕਿ ਡਿਸਟਰਬਿੰਗ ਫਿਗਰ ਹੈਗੀ ਆ ਵੀ ਇੱਥੇ ਐਡੇ ਹਾਲਾਤ ਖਰਾਬ ਹੈਗੇ ਆ ਕਿ ਸਾਰੇ ਫੇਕ ਐਪਲੀਕੈਂਟਸ ਫੇਕ ਹੈਗੇ ਤਾਂ ਨੇ, ਹੈਗੇ ਆ, ਕੁਛ ਕੁ ਮੰਨਿਆ ਵੀ ਜਾਇਜ਼ ਹੈ, ਪਰ ਉਹ ਵੀ ਇੱਥੇ ਗੁੰਡਾਗਰਦੀਆਂ ਕਰਕੇ ਹੀ ਗਏ ਹੋਏ ਨੇ। ਹਾਂ ਮਤਲਬ ਕਿ ਉਹ ਇੱਕ ਈਜ਼ੀ ਰੂਟ ਪਲਾਨ ਹੈਗਾ, ਪਰ ਇਹ ਵੀ ਦੇਖਣਾ ਹੋਊਗਾ ਵੀ ਕੀ ਕੈਨੇਡੀਅਨ ਕੋਰਟਸ ਜਿਹੜੀਆਂ ਨੇ ਉਹ ਅਸੈਪਟ ਕਰਦੀਆਂ ਨੇ ਅਸਾਈਲਮ, ਇਹ ਤਾਂ ਪਤਾ ਲੱਗੂ ਨਾ ਵੀ ਇਹਨਾਂ ਜਿੱਦਾਂ ਤੁਸੀਂ ਨੰਬਰ ਦੱਸਿਆ ਹੈਗਾ ਵੀ ਕਿੰਨੇ ਅਸੈਪਟ ਹੋਏ ਨੇ ਅਸਾਈਲਮ ਸੀਕਰਸ, ਕਿਉਂਕਿ ਮੈਜੋਰਟੀ ਜਿਹੜੇ ਉਹ ਰਿਜੈਕਟ ਹੋ ਜਾਂਦੇ ਆ ਜਿਹੜੇ ਅਸਾਈਲਮ ਦੇ ਕੇਸਿਸ ਹੈਗੇ ਆ। ਪਰ ਗੱਲ ਦੇਖੋ ਗਿੱਲ ਸਾਹਿਬ, ਆ ਦੇਖੋ ਰਿਸ਼ੀ ਸੋਨਕ ਸਰਕਾਰ ਨੇ 5500 ਭਾਰਤੀਆਂ ਨੂੰ ਰਵਾਂਡਾ ਭੇਜਿਆ ਸੀ ਜਿਹੜੇ ਅਸਾਈਲਮ ਸੀਕਰ ਸੀਗੇ, ਪਰ ਇਸ ਦੌਰਾਨ ਜਿਹੜਾ ਤੁਸੀਂ ਵੇਖੋ ਕਿ ਆਪਣਾ ਘਰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ, ਪਰ ਹਾਲਾਤ ਤਾਂ ਇਹ ਨੇ ਕਿ ਮੰਨਿਆ ਚਲੋ ਇਹਨਾਂ ਨੂੰ ਜਾਨ ਦਾ ਖਤਰਾ ਨਹੀਂ, 2-4% ਨੂੰ ਜਾਨ ਦਾ ਖਤਰਾ ਹੋਏਗਾ ਮੰਨ ਲਿਆ, ਪਰ ਬਾਕੀਆਂ ਨੂੰ ਜਾਨ ਦਾ ਖਤਰਾ ਨਹੀਂ ਹੈ, ਉਹਨਾਂ ਨੂੰ ਜੁਗਾੜ ਦਾ ਖਤਰਾ, ਉਹਨਾਂ ਨੂੰ ਜੋਬ ਦਾ ਖਤਰਾ ਜ਼ਰੂਰ ਹੈ, ਹਾਲਾਤ ਬਿਹਤਰ ਨਹੀਂ ਹੈ। ਉਹ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਨਾ ਜਦੋਂ ਤੁਸੀਂ ਐਪਲੀਕੇਸ਼ਨ ਲਾਉਣੇ ਆ, ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ, ਟੈਂਪਰੇਰੀ ਸਟੇ ਮਿਲ ਜਾਂਦਾ ਹੈਗਾ ਤੁਹਾਡਾ ਜਿੰਨਾ ਚਿਰ ਕੇਸ ਚੱਲਦਾ ਹੈਗਾ, ਮਤਲਬ ਇਹ ਪ੍ਰੋਸੀਜਰ ਹੈਗਾ। ਐਂਈ ਅਮੈਰੀਕਾ ਵਿੱਚ ਵੀ ਬਹੁਤ ਅਸਾਈਲਮ ਲਿਆ ਜਾ ਰਿਹਾ ਹੈਗਾ, ਖਾਸ ਕਰਕੇ ਪੰਜਾਬ ਦੇ ਆਪਣੇ ਲੋਕਾਂ ਵੱਲੋਂ, ਸਿੱਖਸ ਮੋਸਟਲੀ ਸਿੱਖਸ ਹੈਗੇ ਨੇ ਸਾਰੇ। ਹਾਂ ਇਹਦੇ 'ਚ ਦੇਖੋ ਗਿੱਲ ਸਾਹਿਬ, ਜਿਵੇਂ ਮੈਜੋਰਟੀ ਸਿੱਖਸ ਹੈਗੇ ਆ, ਜਿਵੇਂ 30% ਪੰਜਾਬੀ ਨੇ, ਇਹਦੇ 'ਚ ਮੋਦੀ ਸਾਹਿਬ ਦਾ ਸ਼੍ਰੀ ਰਾਮ ਰਾਜ ਦਾ ਜੋ ਆਇਰਾ ਉਹਨਾਂ ਨੇ ਫਿਕਸ ਕੀਤਾ ਹੋਇਆ, ਅਤੇ ਸ਼੍ਰੀ ਭਗਵੰਤ ਮਾਨ ਦਾ ਜਿਹੜਾ ਕਹਿੰਦਾ ਸੀਗਾ ਰਿਵਰਸ ਮਾਈਗ੍ਰੇਸ਼ਨ ਹੋਏਗੀ, ਉਹਦਾ ਜਲੂਸ ਕੱਢ ਦਿੱਤਾ ਇਹਨਾਂ ਦੋਨੇ ਦਾਅਵਿਆਂ ਦਾ ਇਸ ਰਿਪੋਰਟ ਨੇ। ਹਾਂ ਬਿਲਕੁਲ ਬਿਲਕੁਲ, ਇਹ ਤਾਂ ਮੈਂ ਕਿਸੇ ਹੋਰ ਹੀ ਵਰਲਡ ਵਿੱਚ ਰਹਿ ਰਿਹਾ ਹੈਗਾ ਆਪਣੇ ਸੀਐਮ ਭਗਵੰਤ ਮਾਨ, ਉਹਨਾਂ ਦਾ ਮਹਿਲ ਕਿਤੇ ਮਜੇ ਕਿ ਭਾਈ, ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਕੋਈ ਵਿਜ਼ਨਰੀ ਇਹਨਾਂ ਦੀ ਲੱਗਦੀ ਨਹੀਂ ਹੈ, ਲੀਡਰਸ਼ਿਪ ਜਿਹੜੀ ਹੈਗੀ ਆ ਸਿਰਫ ਵਿਅੰਗਮਈ ਜ਼ਿੰਦਗੀ ਤੇ ਆਪਣੀ ਚੀਫ ਮਿਨਿਸਟਰਸ਼ਿਪ ਚਲਾ ਰਹੇ ਹੈਗੇ ਆ। ਨਹੀਂ ਵਿਜ਼ਨ ਤਾਂ ਬਹੁਤ ਚੰਗਾ, ਉਹ ਤਾਂ ਜਿਹੜਾ ਉਹ ਹੈਨਰੀ ਲਾਰੈਂਸ ਸੀਗਾ ਜਿਹੜਾ ਜਲੰਧਰ ਦਾ ਅਧਿਕਾਰੀ, ਉਹ ਵਿਰਾਸਤੀ ਘਰ ਉਸਨੇ ਬਣਾਇਆ ਸੀ 1857 ਦੇ ਗਦਰ ਤੋਂ ਪਹਿਲਾਂ, ਹੁਣ ਸੀਐਮ ਸਾਹਿਬ ਨੇ ਉੱਥੇ ਘਰ ਬਣਾ ਲਿਆ ਜਲੰਧਰ 'ਚ, ਵਿਜ਼ਨ ਤਾਂ ਬਹੁਤ। 1846 ਦਾ ਘਰ ਹੈਗਾ, ਉਹਨਾਂ ਨੇ 141ਵੇਂ ਆਕੂਪੈਂਟ ਹੋਣਾ, 11 ਏਕੜ ਦੀ ਕੋਠੀ ਹੈਗੀ ਆ, ਉਹ ਸਾਰੀ ਕਲੋਨੀਅਲ ਕੋਠੀ ਹੈਗੀ ਆ, ਤੇ ਉਹਦੇ ਵਿੱਚ ਕੋਈ ਰੈਨੋਵੇਸ਼ਨ ਵਗੈਰਾ ਨਹੀਂ ਹੋ ਸਕਦੀ ਕਿਉਂਕਿ ਉਹ ਪਹਿਲੇ ਹੀ ਡੈਜ਼ਿਗਨੇਟਿਡ ਸਾਈਟ ਹੈਗੀ ਆ, ਉਹਦੇ ਚ ਬਕਾਇਦਾ ਬਣੇ ਹੋਏ ਨੇ ਸਰਵੈਂਟ ਕੁਆਟਰਸ, ਫਲੈਟ ਟਾਈਪਸ ਬਣੇ ਹੋਏ ਨੇ ਘਰ ਦੇ ਵਿੱਚ, ਅੱਜ ਸਾਰੀ ਡਿਸਕ੍ਰਿਪਸ਼ਨ ਆਈ ਹੈਗੀ ਅਖਬਾਰ ਦੇ ਵਿੱਚ। ਉਹ ਬੜਾ ਹੀ ਮਤਲਬ ਕਿ ਰੇਅਰ ਹਾਊਸ ਹੈਗਾ ਜਿਹੜਾ ਪੰਜਾਬ ਦੇ ਵਿੱਚ, ਇਨਫੈਕਟ ਇੱਦਾਂ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਤਾਂ ਵੈਸੇ ਹੈਰੀਟੇਜ ਸਾਈਟਸ ਵਜੋਂ ਪ੍ਰੋਟੈਕਟ ਕਰਨਾ ਚਾਹੀਦਾ ਹੈ। ਪਰ ਭਗਵੰਤ ਮਾਨ ਤਾਂ 55 ਵਿਘੇ 'ਚ ਨਜ਼ਾਰਾ ਲੈਣਗੇ ਨਾ, 11 ਏਕੜ 'ਚ ਘਰ। ਹਾਂ ਤਾਂ ਕਿ ਪਤਾ ਲੱਗੇ ਵੀ ਉਦੋਂ ਦੇ ਆਰਕੀਟੈਕਚਰ ਦੇ ਵਿੱਚ ਤੇ ਉਦੋਂ ਦਾ ਜਿਹੜਾ ਬਿਲਡਿੰਗ ਮਟੀਰੀਅਲ ਜਿਹੜਾ ਹਜੇ ਤੱਕ ਹੋਲਡ ਆਨ ਕਰ ਰਿਹਾ ਹੈਗਾ, ਉਹਦਾ ਤੇ ਹੁਣ ਵਾਲੇ 'ਚ ਆਪਣੇ ਕੀ ਫਰਕ ਹੈਗਾ। ਨਹੀਂ ਰੈਨੋਵੇਸ਼ਨ ਤਾਂ ਹੋ ਰਹੀ ਹੈ, ਉਹਦੀ ਸਾਂਭ ਸੰਭਾਲ ਗੁਰਪ੍ਰੀਤ ਸਪਰਾ ਹੋਰਾਂ ਨੂੰ ਉੱਥੋਂ ਭੇਜ ਦਿੱਤਾ, ਨਵੇਂ ਕਮਿਸ਼ਨਰ ਕੋਲ ਆਪਣਾ ਘਰ ਹੈਗਾ ਜਲੰਧਰ 'ਚ, ਸੋ ਇਸ ਕਰਕੇ ਗੁਰਪ੍ਰੀਤ ਸਪਰਾ ਰਹਿ ਰਹੇ ਸੀ, ਉਹਨਾਂ ਨੂੰ ਖਾਲੀ ਕਰਵਾ ਲਿਆ ਗਿਆ। ਪਰ ਗੱਲ ਇਹ ਹੈ ਨਾ ਕਿ ਹੁਣ ਜ਼ਿਮਨੀ ਚੋਣ ਕਿਹੜਾ ਰੋਜ਼ ਰੋਜ਼ ਹੋਣੀ ਹੈ, ਪਹਿਲਾਂ ਇਹਨਾਂ ਨੇ ਜਲੰਧਰ 'ਚ ਘਰ ਰਿਹਾ, ਰੈਂਟਡ ਪ੍ਰੋਪਰਟੀ ਸੀ, ਹੁਣ ਇਹਨਾਂ ਨੇ ਸਰਕਾਰੀ ਘਰ ਬਣਾ ਲਿਆ, ਪੱਕੀ ਠਾਰ ਬਣਾ ਲਈ, ਨੈਚੁਰਲੀ ਪੱਕੀ ਠਹਿਰ ਬਣ ਗਈ। ਸੁਰੱਖਿਆ ਦੀ ਦ੍ਰਿਸ਼ਟੀ ਤੋਂ ਵੀ ਸ਼ਾਇਦ ਇਹ ਹੋ ਸਕਦਾ ਕਿਉਂਕਿ 11 ਏਕੜ ਪ੍ਰੋਪਰਟੀ ਆ, ਕੋਈ ਨੇੜੇ ਤੇੜੇ ਨਹੀਂ ਫੜਕੇਗਾ। ਹਾਂ ਨਹੀਂ ਨੈਚੁਰਲੀ ਪ੍ਰੋਟੈਕਟਡ ਸਾਈਟ ਆ ਨਾ, ਵਾਤਾਵਰਨ ਉਹ ਜਿਹੜੀ ਬਾਰਦਰੀ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਆਫੀਸਰਸ ਦੀ ਉਹ ਹੈਗੀ ਇੱਕ ਤਰ੍ਹਾਂ ਨਾਲ ਕਾਲੋਨੀ ਜਿਹੜੀ ਹੈਗੀ ਆ, ਉੱਥੇ SSP ਰੂਰਲ ਰਹਿੰਦਾ ਹੈਗਾ, ਹੋਰ ਕਮਿਸ਼ਨਰ ਪੁਲਿਸ ਦਾ ਉੱਥੇ ਘਰ ਹੈਗਾ, ਉਹ ਸਾਰੀ ਇੱਕ ਇਨਕਲੋਜ਼ਰ ਜਿਹਾ ਬਣਿਆ ਹੋਇਆ ਜਿਵੇਂ ਗੇਟਡ ਕਮਿਊਨਿਟੀ ਹੁੰਦੀ ਹੈਗੀ ਆ,
ਓਲਡ ਬਾਰਾਦਰੀ ਦੇ ਵਿੱਚ ਹੈਗਾ ਇਹ ਜਲੰਧਰ ਦੇ। ਕਿਤੇ ਗਿੱਲ ਸਾਹਿਬ ਜਿਹੜਾ ਸਿਕਿਉਰਿਟੀ ਥ੍ਰੈਟ, ਦੇਖੋ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਅੱਛਾ ਨਹੀਂ, ਆਰਪੀਜੀ ਅਟੈਕ ਹੈੱਡਕੁਆਟਰ ਮੋਹਾਲੀ 'ਚ ਹੁੰਦਾ, ਗਤੀਵਿਧੀਆਂ ਚੱਲ ਰਹੀਆਂ ਨੇ। ਅਮਿਤ ਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਸਾਡੇ ਕਾਮੇ ਨੇ NHAI ਵਾਲੇ, ਉਹਨਾਂ ਨੂੰ ਧਮਕੀਆਂ ਨੇ। ਕਿਤੇ ਇੱਥੇ ਰਹਿਣ ਦਾ ਸਿਕਿਉਰਿਟੀ ਪਰਪਜ਼ ਜ਼ਿਆਦਾ ਨਹੀਂ ਲੱਗਦਾ ਕਿ ਇੱਕ ਪਰਸਨਲ ਜੀ ਪ੍ਰੋਪਰਟੀ ਹੈ, ਕੋਈ ਨੇੜੇ ਤੇੜੇ ਫਟਕ ਨਹੀਂ ਸਕਦਾ, ਇਹ ਵੀ ਹਾਂ ਨੈਚੁਰਲੀ ਕੁਛ ਚੀਫ ਮਿਨਿਸਟਰ ਭਗਵੰਤ ਮਾਨ ਕੁਛ ਐਕਸਟਰਾ ਸਿਕਿਉਰਿਟੀ ਕੌਂਸ਼ੀਅਸ ਵੀ ਹੈਗੇ ਨੇ, ਕਿਉਂਕਿ ਹੁਣ ਦੇਖੋ ਕੱਲ੍ਹ ਜਦੋਂ ਇਹ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਕਿੰਨੀ ਹਰਾਸਮੈਂਟ ਹੋਈ ਆ ਪਬਲਿਕ ਹਾਂ ਨੂੰ, ਬਿਲਕੁਲ। ਉਹਨਾਂ ਨੂੰ ਉੱਥੇ ਹੈਰੀਟੇਜ ਸਟਰੀਟ ਤੇ ਰੋਕ ਕੇ ਰੱਖਿਆ ਇੰਨੀ ਗਰਮੀ ਦੇ ਵਿੱਚ, ਮਤਲਬ ਇਹ ਕਿਸ ਤਰ੍ਹਾਂ ਦੇ ਪ੍ਰੋਟੋਕਾਲਸ ਹੈਗੇ ਨੇ ਜਿਹੜੇ ਹੁਣ ਪਹਿਲੇ ਆਪ ਇਹ ਕਿੰਨਾ ਵਿਅੰਗ ਕਰ ਦਿੰਦੇ ਸਿਕਿਉਰਿਟੀਆਂ ਦੇ, ਹੁਣ ਇਹਨਾਂ ਨੇ ਸਾਰੇ ਮਤਲਬ ਕਿ ਮਾਪਦੰਡ ਹੀ ਸਿੱਕੇ ਟੰਗਤੇ ਹੋਏ ਹੈਗੇ ਆ। ਪਰ ਡਰ ਵੀ ਸੱਚਾ ਗੱਲ ਸਾਹਿਬ, ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ, ਮਨਫੀ ਨਹੀਂ ਕੀਤਾ ਜਾ ਸਕਦਾ ਡਰ। ਨਹੀਂ ਤੇ ਫਿਰ ਇਹ ਕਰ ਕਿਉਂ ਨਹੀਂ ਰਹੇ ਇਹਦੇ ਬਾਰੇ ਹਾਂ, ਕੁਛ ਕਰ ਨਹੀਂ ਲਾਅ ਰਹੇ ਐਂਡ ਆਰਡਰ? ਵੀ ਜਿਹੜਾ ਇੰਨਾ ਅਸਲਾ ਆ ਰਿਹਾ, ਜਿਹੜੇ ਇਸ ਤਰ੍ਹਾਂ ਲੋਕ ਇੰਨੇ ਅਨਸੈਟਿਸਫਾਈ ਨੇ, ਉਹਨਾਂ ਦੇ ਬਾਰੇ ਬੋਲੋ ਤਾਂ ਸਹੀ, ਵੀ ਇੰਨਾ ਅਸਲਾ ਚੱਕ ਕੇ ਹਰ ਬੰਦਾ ਤੁਰਿਆ ਫਿਰਦਾ। ਜਿਵੇਂ ਹੁਣ ਐਕਟਿਵਲੀ ਪੁਲਿਸ ਨੇ ਆਪਣਾ ਰੋਲ ਨਿਭਾਇਆ ਹੈਗਾ ਅੰਡਰ ਦੀ ਕਮਾਂਡ ਆਫ ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਅੰਮ੍ਰਿਤਸਰ, ਇੰਨੀ ਛੇਤੀ ਇਹਨਾਂ ਨੇ ਕਲਪਰੇਟਸ ਨੂੰ ਨੈਬ ਕੀਤਾ ਹੈਗਾ, ਪਰ ਬਾਕੀ ਇੰਸੀਡੈਂਟਸ ਦੇ ਵਿੱਚ ਕਿਉਂ ਨਹੀਂ ਇਸ ਤਰ੍ਹਾਂ ਰਿਜ਼ਲਟ ਹੈ? ਤੁਸੀਂ ਪੜ੍ਹਿਆ ਹੋਣਾ ਮੌੜ ਜਿਹੜਾ ਬੰਬ ਬਲਾਸਟ ਸੀਗਾ ਉਹਦੇ ਬਾਰੇ ਹਾਈ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਨੇ ਲੋਅਰ ਕੋਰਟ ਨੂੰ ਵੀ ਇਹ ਟ੍ਰਾਇਲ ਨੂੰ ਜਲਦੀ ਤੋਂ ਜਲਦੀ ਸਮੇਟਣਾ ਚਾਹੀਦਾ ਹੈਗਾ ਕੋਰਟਸ ਨੂੰ, ਪਰ ਕੋਰਟਸ ਕਹਿ ਰਹੀ ਹੈ ਕਿ ਸਾਡੇ ਕੋਲੇ ਤਾਂ ਕੋਈ ਅਕਿਊਜ਼ ਅੱਜ ਤੱਕ ਫੜਿਆ ਹੀ ਨਹੀਂ ਗਿਆ ਹੈਗਾ, ਇੰਨੇ ਸਾਲ ਬਾਅਦ ਕੁਛ। ਅਕਿਊਜ਼ ਸਾਰੇ ਭੱਜੇ ਹੋਏ ਹੈਗੇ ਆ, ਉਹ ਸਾਰੇ ਪ੍ਰਕਲੇਮਡ ਅਫੈਂਡਰਸ ਹੈਗੇ ਆ, ਤੇ ਟ੍ਰਾਇਲ ਕਿਵੇਂ ਚੱਲੂਗਾ? ਕਿਸੇ ਨੇ ਪਟੀਸ਼ਨ ਲਾਈ ਸੀ, ਉਸ ਪਟੀਸ਼ਨ ਵਿੱਚ ਹਾਈ ਕੋਰਟ ਨੇ ਆਰਡਰ ਆਪਣੇ ਡਾਇਰੈਕਸ਼ਨਸ ਦਿੱਤੀਆਂ ਹੈਗੀਆਂ ਨੇ, ਪਰ ਬੜੀ ਮਤਲਬ ਕਿ ਇਹ ਚੀਜ਼ ਹੈ ਵੀ ਮੌੜ ਬਲਾਸਟ ਜਿਹੜਾ 2017 ਹੋਇਆ ਸੀਗਾ ਜਨਵਰੀ ਐਂਡ ਵਿੱਚ, ਉਹਦੀਆਂ ਤੰਦਾਂ ਹਜੇ ਤੱਕ ਸੁਲਝੀਆਂ ਕਿਉਂ ਨਹੀਂ? ਕਿਉਂਕਿ ਉਹ ਤੰਦਾਂ ਜਾ ਕੇ ਡੇਰਾ ਸੱਚਾ ਸੌਦਾ ਤੇ ਪਹੁੰਚਦੀਆਂ ਨੇ ਡੇਰੇ 'ਚ। ਹਾਂ, ਉਹਦੇ 'ਚ ਤਾਂ ਦੇਖੋ ਰਣਬੀਰ ਸਿੰਘ ਖੱਟੜਾ ਨੇ ਬਹੁਤ ਵਧੀਆ ਰੋਲ ਨਿਭਾ ਕੇ ਸਾਰਾ ਕੁਝ ਸੋਲਵ ਕਰਤਾ ਸੀਗਾ। ਇੱਕ ਗੱਡੀ ਦੇ ਨੀਚੇ ਨਿੱਕਾ ਜਿਹਾ ਰੈੱਡ ਨਿਸ਼ਾਨ ਸੀ, ਜਿੱਥੋਂ ਇੰਸੀਡੈਂਟ ਸੀ ਕਿ ਡੇਰਾ ਸਿਰਸਾ 'ਚ ਇਹ ਗੱਡੀ ਪੇਂਟ ਹੋਈ ਹੈ ਜਿਹੜੀ ਬਲਾਸਟ 'ਚ ਵਰਤੀ ਗਈ ਹੈ। 4 ਮਾਸੂਮ ਬੱਚਿਆਂ ਸਮੇਤ 7 ਲੋਕਾਂ ਦੀ ਜਾਨ ਗਈ। ਉਸ ਬਲਾਸਟ ਦੇ ਹੋਣ ਤੋਂ ਬਾਅਦ ਹੀ ਲੋਕਾਂ ਦਾ ਮਨ ਬਦਲ ਗਿਆ ਸੀ। ਇਹ ਜਿਹੜੇ ਮਨੀਸ਼ ਸਿਸੋਦੀਆ ਕੱਲ੍ਹ ਮੱਥਾ ਟੇਕਣ ਆਏ ਨੇ ਨਾ ਦਰਬਾਰ ਸਾਹਿਬ, ਇਹ ਉਦੋਂ ਪਹਿਲਾਂ ਘਾਲੀ ਦੇ ਘਰੇ ਠਹਿਰੇ ਮੋਗਾ, ਕੇਜਰੀਵਾਲ ਦੇ ਨਾਲ ਜਿਹੜੇ ਇਸ ਦੇ ਉੱਤੇ ਖਾਲਿਸਤਾਨੀ ਗਤੀਵਿਧੀਆਂ ਦਾ ਕਥਿਤ ਦੋਸ਼ ਸੀਗਾ। ਫਿਰ ਮਨੀਸ਼ ਸਿਸੋਦੀਆ ਨੂੰ ਜਲੰਧਰ 'ਚ ਮਹਾਜਨਾਂ ਨੇ ਘੇਰ ਲਿਆ ਸੀ ਸਵੇਰੇ ਸੈਰ ਕਰਦੇ ਨੂੰ ਕਿ ਰਾਤ ਕਿੱਥੇ ਕੱਟੀ ਹੈ। ਮੌੜ ਮੰਡੀ ਬਲਾਸਟ ਨੇ ਲੋਕਾਂ ਦਾ ਬ੍ਰੇਨ ਬਦਲਤਾ ਸੀ, ਕੈਪਟਨ ਦੀ ਸਰਕਾਰ ਬਣ ਗਈ ਸੀ ਇਸ ਬਲਾਸਟ ਦੀ ਬਣਾ 'ਤੇ। ਬਣ ਤਾਂ ਗਈ ਪਰ ਇਹ ਸੋਲਵ ਕਿਉਂ ਨਹੀਂ ਹੋਇਆ ਗਾ? ਹਾਂ, ਸੋਲਵ ਕਿਉਂ ਨਹੀਂ ਟੈਰਰਿਸਟ ਹੋਇਆ? ਐਕਟ ਬਿਲਕੁਲ, 2 ਸਾਲ ਇਹਨਾਂ ਨੂੰ ਵੀ ਹੋ ਗਏ ਨੇ। ਹੁਣ ਪ੍ਰਦੀਪ ਕਲੇਰ ਤਾਂ ਕਹਿੰਦਾ ਮੈਨੂੰ ਸਾਹਮਣੇ ਹੀ ਨਹੀਂ ਹੋਏ, ਮੈਨੂੰ ਤਾਂ ਕਿਸੇ ਨੇ ਸੱਦਿਆ ਹੀ ਨਹੀਂ, ਕੀ ਕਰੋਗੇ ਹਾਂ, ਤੁਸੀਂ? ਇਹ ਵੀ ਤਾਂ ਪੁਲਿਸ ਦਾ ਜਲੂਸ ਕੱਢਣ ਵਾਲੀ ਗੱਲ ਹਾਂ ਆ। ਵੀ ਚਲੋ ਪਹਿਲਿਆਂ ਨੇ ਨਹੀਂ ਕੀਤਾ, ਹੁਣ ਵਾਲਿਆਂ ਨੇ ਵੀ ਕੀ ਕੀਤਾ? ਉਹ ਐਲਾਨੀ ਹੈ ਕਹਿੰਦਾ ਕਿ ਮੈਨੂੰ ਤਾਂ, ਮੈਂ ਤਾਂ ਆਮ ਨਾਗਰਿਕ ਦੀ ਜ਼ਿੰਦਗੀ ਜਿਉਂਦਾ ਸੀ, ਹੈ ਨਾ। ਬਿਲਕੁਲ ਬਿਲਕੁਲ, ਸੋ ਚਲੋ ਜੰਗਲ ਮੇਂ ਨਾਚੋ ਮੋਰ ਕਿਸਨੇ ਦੇਖਾ। ਚਲੋ ਖੈਰ, ਥੈਂਕ ਯੂ ਗਿੱਲ ਸਾਹਿਬ। ਸੋ ਇਸ ਦੇ ਨਾਲ ਹੀ ਥੈਂਕ ਯੂ ਸੋ ਮਚ ਯਾਰ, ਮਿਹਰਬਾਨੀ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ, ਸਤਿ ਸ਼੍ਰੀ ਅਕਾਲ।